ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮ ਪਰਵਿੰਦਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਰੋਤਿਆਂ ਦੀ ਕਚਹਿਰੀ। ਅੱਜ ਜਿਹੜੀ ਸ਼ਖਸੀਅਤ ਜੀ ਟੀ ਰੋਡ ਐਫ ਐਮ ਦੇ ਵਿਹੜੇ ਦੇ ਵਿੱਚ ਸਟੂਡੀਓ ਦੇ ਵਿੱਚ ਤਸਰੀਫ ਫਰਮਾ ਹੈ, ਵੈਸੇ ਉਹ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ, ਮੇਰੀ ਮੁਰਾਦ ਉਸਤਾਦ ਉਜਾਗਰ ਅੰਟਾਲ ਜੀ। ਬਹੁਤ ਵੱਡੀ ਸ਼ਖਸੀਅਤ ਨੇ, ਮੈਂ ਜਦੋਂ ਵੀ ਇਹਨਾਂ ਦਾ ਨਾਮ ਲੈਂਦਾ ਤਾਂ ਜ਼ੁਬਾਨ ਆ ਜਿਵੇਂ ਮਿੱਠੀ ਹੋ ਜਾਂਦੀ ਹੈ। ਉਹਨਾਂ ਨੇ ਬਹੁਤ ਹੀ ਸੁਰੀਲੇ ਫਨਕਾਰ ਪੈਦਾ ਵੀ ਕੀਤੇ ਨੇ। ਪਾਰਸ ਹੁੰਦਾ ਇੱਕ, ਜਿਹਨੂੰ ਕਹਿੰਦੇ ਨੇ ਕਿ ਲੋਹੇ ਦੀ ਜਿਸ ਵੀ ਚੀਜ਼ ਦੇ ਨਾਲ ਲੱਗ ਜਾਂਦਾ ਉਹਨੂੰ ਸੋਨਾ ਕਰ ਦਿੰਦਾ। ਇਹ ਐਸੀ ਚੀਜ਼ ਨੇ, ਕੱਚ ਨੂੰ ਹੱਥ ਲਾਉਂਦੇ ਨੇ ਉਹ ਹੀਰਾ ਬਣ ਜਾਂਦਾ। ਬਹੁਤ ਸਾਰੇ ਹੀਰੇ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਇਹਨਾਂ ਨੇ ਪੈਦਾ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਐਮੀ ਵਿਰਕ, ਮਨਕੀਰਤ ਔਲਖ, ਗੁਰਜੈਜ਼, ਪੈਵੀ ਧੰਜਲ, ਹੋਰ ਵੀ ਬੇਸ਼ੁਮਾਰ ਨਾਮ ਨੇ ਜਿਹੜੇ ਮੇਰੇ ਯਾਦ ਨਹੀਂ। ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਜੀ ਟੀ ਰੋਡ ਐਫ ਐਮ ਦੇ ਵਿਹੜੇ ਦੇ ਵਿੱਚ। ਸਤਿ ਸ਼੍ਰੀ ਅਕਾਲ ਪਰਮ ਜੀ, ਸਟੂਡੀਓ ਦੇ ਵਿੱਚ ਆਏ, ਸਾਨੂੰ ਸਮਾਂ ਦਿੱਤਾ, ਬਹੁਤ ਮਿਹਰਬਾਨੀ ਜੀ, ਬਹੁਤ 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 ਸਵਾਗਤ ਜੀ ਤੁਹਾਡਾ। ਦਿਲੋਂ ਸ਼ੁਕਰਾਨਾ ਪਰਮਵੀਰ, ਤੁਹਾਡਾ ਸਰੋਤਿਆਂ ਦੀ ਕਚਹਿਰੀ ਪ੍ਰੋਗਰਾਮ 'ਤੇ ਪ੍ਰੋਗਰਾਮ ਦਾ ਅਤੇ ਜੀ ਟੀ ਰੋਡ ਐਫ ਐਮ ਦਾ ਮੇਰੇ ਵਰਗੇ ਨਿਮਾਣੇ ਬੰਦੇ ਨੂੰ ਇੰਨਾ ਮਾਣ ਬਖਸ਼ਣ ਲਈ ਅਤੇ ਆਪਣੇ ਸਟੂਡੀਓ 'ਚ ਬੁਲਾਉਣ ਲਈ। ਵੈਸੇ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਤੁਹਾਡੇ ਰੂਬਰੂ ਹੋ ਸਕਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰ ਸਕਾਂ, ਕਿਉਂਕਿ ਜ਼ਮੀਨ ਅਤੇ ਆਸਮਾਨ ਦਾ ਜਿਹੜਾ ਫਰਕ ਹੁੰਦਾ, ਇੰਨਾ ਕੁ ਫਾਸਲਾ ਮੇਰੇ ਅਤੇ ਉਸਤਾਦ ਜੀਆਂ ਦੇ ਵਿੱਚ, ਪਰ ਫਿਰ ਵੀ ਜ਼ਿੰਮੇਵਾਰੀ ਆ, ਡਿਊਟੀ ਆ, ਨਿਭਾ ਰਹੇ ਹਾਂ। ਅਸਲ 'ਚ ਕਰਦੇ ਹਾਂ ਜੀ ਗੱਲਾਂ ਬਾਤਾਂ ਉਸਤਾਦ ਜੀਆਂ ਦੇ ਨਾਲ। ਅਸਲ 'ਚ ਗੱਲ ਪਰਮਵੀਰੇ ਜੀ ਇਹ ਹੁੰਦੀ ਹੈ ਕਿ ਮੈਂ ਆਪਾਂ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਹਾਂ, ਹੈ ਨਾ ਜੀ? ਬਿਲਕੁਲ। ਜਦੋਂ ਵੀ ਆਪਾਂ ਮਿਲਦੇ ਹਾਂ ਸਾਹਿਤਕ ਗੱਲਾਂ ਆਪਣੀਆਂ ਹੁੰਦੀਆਂ, ਵਿਚਾਰ ਵਟਾਂਦਰਾ ਹੁੰਦਾ, ਸੰਗੀਤ ਬਾਰੇ ਹੁੰਦਾ, ਲੇਖਣੀ ਬਾਰੇ ਹੁੰਦਾ, ਹੈ ਨਾ। ਮੇਰੇ ਉਸਤਾਦ ਜੀ ਸਰਦਾਰ ਜਸਪਾਲ ਸਿੰਘ ਜੀ ਇੱਕੋ ਗੱਲ ਸ਼ੁਰੂ ਤੋਂ ਕਹਿੰਦੇ ਸੀ ਵੀ ਅਦਬ ਜੀ ਜ਼ਰੂਰੀ ਹੈ। ਸੋ ਤੁਹਾਡੀ ਸ਼ਖਸੀਅਤ ਦੇ ਵਿੱਚੋਂ, ਤੁਹਾਡੇ ਅੰਦਰਲਾ ਪਰਮ ਹੈ ਜਿਹੜਾ ਸਾਡਾ ਪਰਮਵੀਰ ਹੈ, ਉਹਦੇ ਅੰਦਰ ਜੋ ਅਦਬ ਹੈ ਉਹ ਖੁਦ ਬ ਖੁਦ ਬਿਆਨ ਕਰਦਾ ਹੁੰਦਾ ਵੀ ਕਲਾਕਾਰ ਦੀ ਜੋ ਕਲਾ ਹੁੰਦੀ ਹੈ ਉਸ ਪਰਮਾਤਮਾ ਨੇ ਜੋ ਮਾਣ ਬਖਸ਼ਿਆ ਹੁੰਦਾ ਹੈ। ਅਦਬ ਸਭ ਤੋਂ ਪਹਿਲੀ ਉਹਦੀ ਪੌੜੀ ਹੈ, ਉਹ ਬਖੂਬੀ ਪਰਮਾਤਮਾ ਨੇ ਬਖਸ਼ੀ ਹੈ। ਜਿਉਂਦੇ ਵਸਦੇ ਰਹੋ, ਖੁਸ਼ ਰਹੋ ਹਮੇਸ਼ਾ। ਉਸਤਾਦ ਜੀ ਇਹ ਤੁਹਾਡਾ ਵਡੱਪਾ ਨਾ, ਅੱਗੇ ਅਸੀਂ ਕਰਦੇ ਹਾਂ ਜੀ ਗੱਲ ਸ਼ੁਰੂ। ਹਾਂਜੀ ਉਸਤਾਦ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਹਰ ਇੱਕ ਕਲਾਕਾਰ ਦੇ ਮੂੰਹੋਂ ਹੀ ਸੁਣਦੇ ਹਾਂ ਅਸੀਂ ਕਿ ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ੌਕ ਸੀ, ਇਸ ਤਰ੍ਹਾਂ ਕਰਕੇ ਤੁਹਾਡੇ ਅੰਦਰ ਦੇ ਕਲਾਕਾਰ ਨੇ ਜਦੋਂ ਬਚਪਨ ਦੇ ਵਿੱਚ ਜਾਂ ਜਦੋਂ ਵੀ ਅੰਗੜਾਈ ਲਈ, ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਉਹਦਾ ਪਤਾ ਕਿਹਨੂੰ ਲੱਗਿਆ? ਤੁਹਾਨੂੰ ਪਤਾ ਲੱਗਿਆ, ਅਧਿਆਪਕਾਂ ਨੂੰ ਪਤਾ ਲੱਗਿਆ, ਮਾਤਾ ਜੀ ਨੂੰ ਪਤਾ ਲੱਗਿਆ, ਪਿਤਾ ਜੀ ਨੂੰ ਜਾਂ ਕਿਸੇ ਬ੍ਰਦਰਾਂ ਨੂੰ? ਹਾਂਜੀ, ਇਸ ਗੱਲੋਂ ਪਰ ਮੇਰੇ 'ਤੇ ਕਾਫੀ ਪਰਮਾਤਮਾ ਦੀ ਕਿਰਪਾ ਰਹੀ ਹੈ ਜੀ। ਮੇਰੇ ਫਾਦਰ ਸਾਹਿਬ ਪ੍ਰੋਫੈਸਰ ਤਾਰਾ ਸਿੰਘ ਅੰਟਾਲ ਯੂਨੀਵਰਸਿਟੀ ਦੇ ਵਿੱਚ ਮੈਥਮੈਟਿਕਸ ਦੇ ਪ੍ਰੋਫੈਸਰ ਸੀ। ਉਹਨਾਂ ਟਾਈਮਾਂ ਦੇ ਵਿੱਚ ਅਦਾਰੇ ਵੱਡੇ ਹੁੰਦੇ ਸੀ ਅਤੇ ਟੀਚਰ ਘੱਟ ਹੁੰਦੇ ਸੀ, ਹੈ ਨਾ ਜੀ? ਅਤੇ ਉਦੋਂ ਪਾਪਾ ਨੂੰ ਨਾਲ ਦੀ ਨਾਲ ਐੱਨ ਐੱਸ ਐੱਸ ਡਿਪਾਰਟਮੈਂਟ ਸੰਭਾਲ ਦਿੱਤਾ ਗਿਆ ਸੀ। ਮੈਂ 3-4 ਸਾਲ ਦਾ ਸੀਗਾ, ਮੇ ਵੀ ਇੰਨਾ ਕੁ। ਅਤੇ ਫਾਦਰ ਸਾਹਿਬ ਉਦੋਂ ਪਿੰਡਾਂ 'ਚ ਕੈਂਪ ਪਾਪਾ ਦੀ ਅਗਵਾਈ ਹੇਠ ਲੱਗਦੇ ਸੀ ਸਟੂਡੈਂਟਸ, ਹੈ ਨਾ, ਦਿਨੇ ਉਹ ਲੋਕ ਭਲਾਈ ਦੇ ਕੰਮ ਕਰਦੇ ਸੀ ਪਿੰਡਾਂ 'ਚ, ਕਿਤੇ ਭਰਤ ਪਾਉਣੀ, ਕਿਤੇ ਸਫਾਈ ਕਰਨੀ, ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਚੱਲਦੇ ਹੁੰਦੇ ਸੀ ਨਾ ਜੀ, ਉਹਨਾਂ ਨੇ ਸਾਰਿਆਂ ਨੇ ਕਰਨਾ। ਅਤੇ ਉਦੋਂ ਕਿਉਂਕਿ ਮੇਰੇ ਪਾਪਾ ਨੂੰ ਨਜ਼ਮਾਂ ਅਤੇ ਗਜ਼ਲਾਂ ਲਿਖਣ ਦਾ ਅਤੇ ਮਹਿਫਿਲ ਦੇ ਵਿੱਚ ਜਦੋਂ ਪ੍ਰੋਫੈਸਰਸ ਇਹਨਾਂ ਦੀ ਫੈਕਲਟੀ ਇਕੱਠੇ ਹੋਣੀ, ਗਾਉਣ ਦਾ ਸ਼ੌਂਕ ਹੁੰਦਾ ਸੀਗਾ। ਅਤੇ ਮੈਨੂੰ ਇੱਕ ਸ਼ਬਦ ਯਾਦ ਕਰਾ ਕੇ, ਮੇ ਵੀ ਗੀਤ ਯਾਦ ਕਰਾ ਕੇ ਧਾਰਮਿਕ ਸਟੇਜ 'ਤੇ ਚੜ੍ਹਾ ਦਿੱਤਾ ਜਾਂਦਾ ਸੀ ਜੀ। ਅਤੇ ਪੜ੍ਹਨਾ ਲਿਖਣਾ ਤਾਂ ਉਦੋਂ ਇੰਨੀ ਛੋਟੀ ਉਮਰ 'ਚ ਆਉਂਦਾ ਨਹੀਂ ਸੀ ਹੁੰਦਾ, 3-4 ਸਾਲ ਦੇ ਜਵਾਕ ਨੂੰ ਆਉਂਦਾ ਨਹੀਂ ਹੁੰਦਾ। ਪਿੱਛੇ ਮੇਰੇ ਇੱਕ ਬੰਦਾ ਖੜ੍ਹ ਜਾਂਦਾ ਸੀ ਜਾਂ ਬਹਿ ਜਾਂਦਾ ਹੁੰਦਾ ਸੀ,
ਅਤੇ ਸਟੇਜ ਦੇ ਵਿੱਚ ਜਦੋਂ ਮੈਂ ਭੁੱਲਣਾ ਮੇਰੇ ਕੰਨ 'ਚ ਬੋਲ ਦੇਣਾ ਉਹਨਾਂ ਨੇ, ਅਤੇ ਉਵੇਂ ਇੱਕ ਕਹਿੰਦੇ ਵੀ ਝਾਕਾ ਖੁੱਲ੍ਹ ਗਿਆ ਸਟੇਜ ਦਾ, ਝਾਕਾ ਮੇਰਾ ਉਦੋਂ ਖੁੱਲ੍ਹ ਗਿਆ। ਮਤਲਬ ਇਹ ਚੀਜ਼ ਤੁਹਾਨੂੰ ਵਿਰਾਸਤ ਦੇ ਵਿੱਚ ਹੀ ਮਿਲੀ, ਵਿਰਾਸਤ 'ਚ। ਅਤੇ ਫਿਰ ਸਕੂਲ ਦੇ ਵਿੱਚ ਸਾਡੇ ਮੈਡਮ ਸੀ, ਮੈਡਮ ਸ਼੍ਰੀਮਤੀ ਸੁਖਚੈਨ ਕੌਰ ਜੀ, ਅਤੇ ਮੈਂ ਉਹ ਮੇਰੇ ਕਲਾਸ ਟੀਚਰ ਹੁੰਦੇ ਸੀਗੇ ਅਤੇ ਪਹਿਲੀ ਦੂਜੀ 'ਚ। ਅਤੇ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ, ਤੀਸਰੀ ਕਲਾਸ ਸੀ, ਉਹਨਾਂ ਨੇ ਮੈਨੂੰ ਕਹਿ ਦੇਣਾ ਵੀ ਗਾਣਾ ਸੁਣਾਓ ਜਾ ਕਰ ਜੀ। ਹੰਸ ਰਾਜ ਹੰਸ ਜੀ ਦਾ ਗਾਣਾ ਸੀ ਜਨਾਬ ਦਾ, ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਬੇ ਨਿੱਤ ਬੋਲਦਾ ਗਵਾਂਢੀਆਂ ਦੇ ਕਾਵਾਂ, ਉਹ ਮੈਂ ਕਲਾਸ ਦੇ ਵਿੱਚ ਗਾਉਂਦਾ ਹੁੰਦਾ ਸੀ। ਇੱਕ ਵਾਰੀ ਮੇਰੇ ਚੰਗੇ ਕਰਮ ਸੀ, ਮੇਰੇ ਉਸਤਾਦ ਜੀ ਸਰਦਾਰ ਜਸਪਾਲ ਸਿੰਘ ਜੀ ਗੈਲਰੀ 'ਚੋਂ ਨਿਕਲ ਰਹੇ ਸੀ ਜੀ, ਅਤੇ ਮੈਂ ਗੁਣਗੁਣਾ ਰਿਹਾ ਸੀ, ਗਾ ਰਿਹਾ ਸੀ, ਅਤੇ ਉਸਤਾਦ ਜੀ ਨੇ ਮੈਨੂੰ ਮਿਊਜ਼ਿਕ ਰੂਮ ਬੁਲਾਇਆ, ਕਹਿੰਦੇ ਤੂੰ ਸਿੱਖੇਗਾ ਮਿਊਜ਼ਿਕ? ਮੈਂ ਕਹਿੰਦੀ ਹਾਂ ਸਿੱਖੂੰਗਾ। ਛੋਟਾ ਸੀਗਾ, ਇੱਕ ਚਾ ਜਿਹਾ ਲੱਗਿਆ ਵੀ ਹੈ ਨਾ, ਸਾਜ਼ ਪਏ ਸੀ, ਹਾਰਮੋਨੀਅਮ ਤਬਲੇ ਸਾਰਾ ਕੁਝ, ਸਿਤਾਰਾਂ ਸਾਰਾ ਕੁਝ ਜੀ। ਮੈਂ ਕਿਹਾ ਹਾਂ ਜੀ ਸਿੱਖੂੰਗਾ। ਉਸਤਾਦ ਜੀ ਕਹਿੰਦੇ ਚਲੋ ਤੁਸੀਂ ਬੈਠੋ ਨਾਲ, ਬਾਕੀ ਵੀ ਮੇਰੇ ਸੀਨੀਅਰ ਜਿਹੜੇ ਪਹਿਲਾਂ ਤੋਂ ਸਿੱਖਦੇ ਸੀਗੇ। ਉਸਤਾਦ ਜੀ ਰਿਸੈਸ ਟਾਈਮ ਸੀ, ਕਹਿੰਦੇ ਮੈਂ ਚਾਹ ਕੌਫੀ ਪੀ ਕੇ ਆਉਣਾ। ਚਾਹ ਕੌਫੀ ਪੀਣ ਚਲੇ ਗਏ ਜੀ, ਪਿੱਛੋਂ ਅਸੀਂ ਜਵਾਕ ਸਾਰੇ ਛੋਟੇ ਸੀ, ਕੋਈ ਮੇਰੇ ਤੋਂ ਇੱਕ ਸਾਲ ਵੱਡਾ ਸੀ, ਕੋਈ ਹਮ ਉਮਰ ਸੀ, ਸਾਰਿਆਂ ਨੇ ਕੋਈ ਤਬਲੇ ਰੋਡ, ਕੋਈ ਹਾਰਮੋਨੀਅਮ ਪੁੱਠੇ ਕਰ, ਉਦੋਂ ਸਾਜ਼ ਦੀ ਕੀਮਤ ਨਹੀਂ ਸੀ ਪਤਾ ਹੁੰਦੀ ਜੀ ਜੀ। ਹੁਣ ਪਤਾ ਲੱਗਿਆ ਵੀ ਜਿੱਦ ਜਾਨ ਹੁੰਦੀ। ਉਹ ਇੱਕ ਨਾ ਸ਼ੇਅਰ ਹੈ ਜੀ, ਕਹਿੰਦੇ ਬਾਂਦਰ ਦੇ ਹੱਥ ਉਸ ਤਰ੍ਹਾਂ ਬੇਸੁਰਿਆਂ ਨੂੰ ਸਾਜ਼, ਦਹੀਂ ਨਾ ਮੇਰੇ ਮਾਲਕਾ ਬੇਰਹਿਮਾਂ ਨੂੰ ਰਾਜ। ਬਿਲਕੁਲ। ਚਲੋ ਖੈਰ, ਉਦੋਂ ਨਹੀਂ ਪਤਾ ਸੀ, ਬਚਪਨ ਸੀ, ਜਵਾਕ, ਤੇ ਸਾਰੇ ਸ਼ਰਾਰਤਾਂ ਕਰ ਰਹੇ ਸੀ। ਜਦੋਂ ਉਸਤਾਦ ਜੀ ਵਾਪਸ ਆਏ ਤੇ ਦਰਵਾਜ਼ੇ ਮੂਹਰੇ ਸ਼ਰਾਰਤ ਕਰਦਾ, ਮੈਂ ਟੱਕਰ ਗਿਆ। ਕਰ ਸਾਰੇ ਰਹੇ ਸੀ 10-12 ਜਵਾਕ। ਬਿਲਕੁਲ, ਜਿਹੜਾ ਫੜਿਆ ਗਿਆ ਜੀ ਉਹੀ ਚੋਰ। ਉਸਤਾਦ ਜੀ ਨੇ ਮੇਰੇ ਕੰਨ ਤੇ ਇੱਕ ਚਾਂਟਾ ਮਾਰਿਆ, ਕਹਿੰਦੇ ਭਾਜਾ ਤੂੰ ਨਹੀਂ ਸਿੱਖ ਸਕਦਾ ਕਦੇ। ਡਰਦਾ ਮਾਰਿਆ ਉੱਥੋਂ ਰੋਂਦਾ ਰੋਂਦਾ ਆ ਗਿਆ ਜੀ। 2-3 ਦਿਨਾਂ ਬਾਅਦ ਮੈਂ ਦੇਖਿਆ ਵੀ ਬਾਕੀ ਸਾਰੇ ਬੱਚੇ, ਜਦੋਂ ਮੈਂ ਮਿਊਜ਼ਿਕ ਰੂਮ ਕੋਲ ਦੀ ਲੰਘਦਾ ਤਾਂ ਬਾਕੀ ਸਾਰੇ ਰਿਆਜ਼ ਕਰ ਰਹੇ ਹੁੰਦੇ ਸੀ ਜੀ। ਮੈਂ ਸੋਚਿਆ ਵੀ ਮਨਾ ਤੂੰ ਇਕੱਲਾ ਰਹਿ ਗਿਆ, ਬਾਕੀ ਸਾਰੇ ਕਰ ਰਹੇ ਨੇ। ਮਿਊਜ਼ਿਕ ਰੂਮ ਦੇ ਨਾਲ ਸਾਡੇ ਪਰਛੱਤੀਆਂ ਬਣੀਆਂ ਹੋਈਆਂ ਸੀਗੀਆਂ, ਇਹ ਉੱਥੇ ਮੈਂ ਲੁੱਕ ਕੇ ਬਹਿ ਜਾਂਦਾ ਸੀ। ਫਿਰ ਜਿੰਨਾ ਟਾਈਮ ਮੈਨੂੰ ਮਿਲਦਾ ਸੀ ਰਿਸੈਸ ਟਾਈਮ ਜਾਂ ਗੇਮਸ ਪੀਰੀਅਡ, ਉਸਤਾਦ ਜੀ ਨੇ ਦੇਖਿਆ 1-2 ਦਿਨ ਇਗਨੋਰ ਕਰਕੇ ਲੰਘ ਜਾਂਦੇ ਸੀ। ਮੈਨੂੰ ਐਂ ਸੀ ਮੈਂ ਲੁੱਕ ਕੇ ਬੈਠਾ, ਮੈਨੂੰ ਦੇਖ ਨਹੀਂ ਰਹੇ। ਅਤੇ ਜਦੋਂ ਉਸਤਾਦ ਜੀ ਨੇ 10-12 ਦਿਨ ਲਗਾਤਾਰ ਦੇਖਿਆ ਵੀ ਆਉਂਦਾ ਜੀ, ਅਤੇ ਰੋਜ਼ਾਨਾ ਸੁਣਦਾ ਵੀ ਹੈ ਪੂਰਾ, ਅਤੇ 10-12 ਦਿਨਾਂ ਬਾਅਦ ਫਿਰ ਮੈਨੂੰ ਬੁਲਾ ਲਿਆ, ਕਹਿੰਦੇ ਉਰਿਆ ਮੈਂ ਡਰਦਾ ਡਰਦਾ ਜਾ ਗਿਆ, ਕਹਿੰਦੇ ਸਿੱਖੇਗਾ? ਨਹੀਂ ਹਾਂ ਸਿੱਖਣਾ ਤਾਂ ਹੈ। ਕਹਿੰਦੇ ਤੇਰੇ ਪਾਪਾ ਨੂੰ ਬੁਲਾ ਕੇ ਲਿਆਈ ਕੱਲ੍ਹ ਨੂੰ। ਮੈਂ ਫਿਰ ਡਰ ਗਿਆ, ਮੈਂ ਕਿਹਾ ਹੁਣ ਬਾਪੂ ਜੀ ਤੋਂ ਵੀ ਪਵਾਉਣਗੇ, ਹੈ ਨਾ? ਬਿਲਕੁਲ। ਮਰਦਾ ਕੀ ਨਾ ਕਰਦਾ, ਕਹਿੰਦੇ ਉਹੀ ਡਰ ਦਾ ਬੱਚਾ ਸੀ ਉਦੋਂ 3rd ਕਲਾਸ 'ਚ। ਅਤੇ ਅਗਲੇ ਦਿਨ ਫਿਰ ਮੈਂ ਫਾਦਰ ਸਾਹਿਬ ਨੂੰ ਲੈ ਕੇ ਗਿਆ, ਉਸਤਾਦ ਜੀ ਕਹਿੰਦੇ ਵੀ ਇਹ ਬੱਚਾ ਮੈਨੂੰ ਸੌਂਪ ਦਿਓ। ਪਾਪਾ ਕਹਿੰਦੇ ਵੀ ਤੁਹਾਨੂੰ ਲੱਗਦਾ ਜ਼ਿੰਦਗੀ 'ਚ ਕੁਛ ਬਣ ਜੂਗਾ? ਕਹਿੰਦੇ ਹਾਂ, ਇਹ ਮਿਹਨਤ ਕਰੂਗਾ ਤਾਂ ਜ਼ਰੂਰ ਬਣੂਗਾ। ਉਸ ਦਿਨ ਤੋਂ ਬਾਅਦ ਮੇਰੇ ਅਤੇ ਮੇਰੇ ਉਸਤਾਦ ਜੀ ਦੇ ਵਿੱਚ ਕਦੇ ਮੇਰੇ ਪੇਰੈਂਟਸ ਨਹੀਂ ਸੀ ਆਏ। 23-24 ਸਾਲ ਮੈਂ ਉਸਤਾਦ ਜੀ ਦੀ ਸ਼ਾਗਿਰਦੀ 'ਚ ਰਿਹਾ, ਅਤੇ ਹੁਣ ਵੀ ਉਹਨਾਂ ਦੇ ਕੋਲ ਹੀ, ਉਹਨਾਂ ਦੇ ਚਰਨਾਂ 'ਚ ਹੈ। ਅਤੇ ਬਾਕੀ ਉਹ ਗੀਤ ਦੀ ਗੱਲ ਮੈਂ ਤੁਹਾਨੂੰ ਸੁਣਾਉਣਾ ਜੀ। ਇਰਸ਼ਾਦ। ਉਹ ਕਦੇ ਸਾਡੇ ਵੀ ਬਨੇਰੇ ਉੱਤੇ ਬੋਲਵੇ, ਕਦੇ ਸਾਡੇ ਵੀ ਬਨੇਰੇ ਉੱਤੇ ਬੋਲਵੇ, ਨਿੱਤ ਬੋਲਦਾ ਗਵਾਂਢੀਆਂ ਦੇ ਕਾਮ, ਬੋਲਦਾ ਗਵਾਂਢੀਆਂ ਦੇ ਕਾਮ, ਕਦੇ ਸਾਡੇ ਨਾਲ ਦੁੱਖ ਸੁੱਖ ਫੋਲਵੇ, ਕਦੇ ਸਾਡੇ ਨਾਲ ਦੁੱਖ ਸੁੱਖ ਫੋਲਵੇ, ਨਿੱਤ ਬੋਲਦਾ ਗਵਾਂਢੀਆਂ ਦੇ ਕਾਮ, ਬੋਲਦਾ ਗਵਾਂਢੀਆਂ ਦੇ ਕਾਮ। ਸੋ ਇਸ ਗੀਤ ਨੇ ਮੇਰੀ ਜ਼ਿੰਦਗੀ, ਜਾਂ ਉਹ ਧਾਰਮਿਕ ਗੀਤ ਨੇ, ਅਤੇ ਉਸ ਤੋਂ ਬਾਅਦ ਸਕੂਲ ਦੇ ਵਿੱਚ ਇਸ ਗੀਤ ਨੇ ਮੇਰੀ ਜ਼ਿੰਦਗੀ ਨੂੰ ਸੰਗੀਤ ਦੀ ਛੋਹ ਪ੍ਰਾਪਤ ਇਹਨਾਂ ਗੀਤਾਂ ਕਰਕੇ ਹੋਈ, ਅਤੇ ਮੈਡਮ ਸੁਖਚੈਨ ਕੌਰ ਜੀ ਕਰਕੇ, ਮੇਰੇ ਪੇਰੈਂਟਸ ਕਰਕੇ, ਮੈਨੂੰ ਮੇਰੇ ਉਸਤਾਦ ਜੀ ਦਾ ਆਸ਼ੀਰਵਾਦ ਮਿਲਿਆ। ਉਸਤਾਦ ਜੀ, ਇਸ ਤੋਂ ਅਗਲੀ ਗੱਲ ਆ ਜਿਹੜੀ, ਹਾਂਜੀ, ਉਹ ਹੈ ਤੁਹਾਡੀਆਂ ਪ੍ਰਾਪਤੀਆਂ ਦੀ। ਉਹਦੇ ਵਿੱਚ ਸਾਰਾ ਕੁਛ ਹੀ ਅਸੀਂ ਇਨਕਲੂਡ ਕਰ ਦਿੰਦੇ ਹਾਂ, ਤੁਹਾਡੀ ਸਟੱਡੀ, ਤੁਹਾਡੇ ਇਨਾਮ ਖਨਾਮ, ਕਿੱਥੇ ਕਿੱਥੇ ਗਾਇਆ ਵਿਦੇਸ਼ਾਂ ਦੇ ਵਿੱਚ, ਇਸ ਦੇਸ਼ ਦੇ ਵਿੱਚ,
ਉਹਨਾਂ ਬਾਰੇ ਵੀ ਚਾਨਣਾ ਪਾਓ ਜੀ। ਹਾਂਜੀ, ਜਿਵੇਂ ਕਿ ਮੈਂ ਦੱਸਿਆ ਵੀ ਸਕੂਲ ਟਾਈਮ ਤੋਂ ਮੈਂ ਥਰਡ ਕਲਾਸ ਤੋਂ ਮੇਰੇ ਉਸਤਾਦ ਜੀ ਸਰਦਾਰ ਜਸਪਾਲ ਸਿੰਘ ਜੀ ਮੇਰੇ ਮੁਰਸ਼ਦ ਮੇਰੇ ਰੱਬ ਨੇ ਜੀ, ਅਤੇ ਪੰਜਵੀਂ ਕਲਾਸ ਦੇ ਵਿੱਚ ਮੈਨੂੰ ਉਸਤਾਦ ਜੀ ਨੇ ਡਾਚੀ ਤਿਆਰ ਕਰਾਈ, ਫਿਰ ਇੰਡੀਵਿਜੁਅਲੀ ਲੋਕ ਗੀਤ ਮੈਂ ਡਿਸਟ੍ਰਿਕਟ 'ਚੋਂ ਪਟਿਆਲੇ 'ਚੋਂ ਫਸਟ ਆਇਆ, ਅਤੇ ਫਿਰ ਜਦੋਂ ਸੀਨੀਅਰ ਗਰੁੱਪ 'ਚ ਹੋ ਗਿਆ ਸੀਗਾ ਉਦੋਂ ਇੱਕ ਵਾਰੀ ਸੈਕਿੰਡ ਆਇਆ ਤਾਂ ਫਸਟ ਆਇਆ, ਅਤੇ ਉਦੋਂ ਮਿਸ ਪੂਜਾ ਮੇਰੀ ਕੰਪੀਟੀਟਰ ਹੁੰਦੀ ਸੀ, ਅਤੇ ਅੱਜ ਚੈਨਲ 'ਤੇ ਦੱਸਦਾ ਵੀ ਉਹ ਤੋਂ ਹਾਰਿਆ ਵੀ ਹੈ ਉਹਨੂੰ ਹਰਾਇਆ ਵੀ ਹੈ। ਬਿਲਕੁਲ, ਬਹੁਤ ਅੱਛਾ ਗਾਉਂਦੇ ਨੇ, ਬਹੁਤ ਬਾਕਮਾਲ ਆਰਟਿਸਟ ਨੇ। ਫਿਰ ਇੰਟਰ ਕਾਲਜ ਜਦੋਂ ਮੈਂ ਆਇਆ ਕਾਲਜ ਦੇ ਵਿੱਚ, ਪ੍ਰੋਫੈਸਰ ਨਿਰਮਲ ਨੀਰ ਜੀ ਕੋਲ ਮਹਿੰਦਰਾ ਕਾਲਜ, ਉਹ ਮੇਰੇ ਉੱਥੇ ਟੀਚਰ ਸੀਗੇ ਮਿਊਜ਼ਿਕ ਦੇ, ਸੰਗੀਤ ਦੇ ਗੁਰੂ ਤੋਂ, ਅਤੇ ਉਸਤਾਦ ਜੀ ਤੋਂ ਜੋ ਸਿੱਖਿਆ ਸੀ, ਨਿਰਮਲ ਨੀਰ ਜੀ ਨੇ ਵੀ ਬਹੁਤ ਮੇਰੀ ਉੱਥੇ ਹੈਲਪ ਕੀਤੀ, ਜਾਂ ਯੂਥ ਫੈਸਟੀਵਲਾਂ ਵਿੱਚ, ਅਤੇ ਐਵੇਂ ਐਵੇਂ ਸਫ਼ਰ ਚੱਲਦਾ ਗਿਆ। ਫਿਰ 2007 'ਚ ਮੈਨੂੰ ਸਰਦਾਰ ਗੁਰਦਰਸ਼ਨ ਸਿੰਘ ਟੋਨੀ ਬਾਈ ਜੀ ਨੂੰ, ਸਾਡੇ ਸਕੂਲ 'ਚ ਭੰਗੜੇ ਦੇ ਕੋਚ ਆਉਂਦੇ ਹੁੰਦੇ ਜਦੋਂ ਫੈਸਟ ਕੰਪੀਟੀਸ਼ਨ ਹੁੰਦੇ ਨੇ, ਉਹਨਾਂ ਨੇ ਮੈਨੂੰ ਬੋਲੀਆਂ ਪਾਉਣ ਲਾਇਆ, ਫੋਕ ਵਾਲੇ ਪਾਸੇ ਲੈ ਕੇ ਆਉਣ ਵਾਲੇ ਮੈਨੂੰ ਉਹ ਸੀ, ਮੇਰੇ ਦੂਜੇ ਗੁਰੂ ਉਹ ਨੇ। ਉਸਤਾਦ ਜੀ, ਤੁਸੀਂ ਗਜ਼ਲ ਵੀ ਗਾਈ, ਗੀਤ ਵੀ ਗਾਇਆ, ਆਪਣੇ ਲੋਕ ਰੰਗ ਵੀ ਗਾਏ, ਲੋਕ ਤੱਥ ਵੀ ਗਾਏ, ਕਿਹੜੀ ਵਿਧਾ ਜਿਹੜੀ ਗਾਇਕੀ ਦੀ ਤੁਹਾਨੂੰ ਜ਼ਿਆਦਾ ਟੱਚ ਕਰਦੀ ਆ, ਜਿਹਦੇ ਵਿੱਚ ਜ਼ਿਆਦਾ ਤੁਹਾਨੂੰ ਸਕੂਨ ਮਿਲਦਾ, ਕਲਾਸੀਕਲ ਸਿੰਗਿੰਗ ਦੇ ਵਿੱਚ ਅਸਲ ਤਾਂ ਜਾਂ ਫੋਕ ਗਾ? ਅਸਲ ਤਾਂ ਦੇਖੋ ਵੀ ਫੋਕ ਤਾਂ ਆਪਣੇ ਖੂਨ 'ਚ ਹੀ ਹੁੰਦਾ ਪੰਜਾਬੀਆਂ ਦੇ, ਹੈ ਨਾ, ਉਹ ਤਾਂ ਗਾ ਕੇ। ਬਾਕੀ ਸੰਗੀਤ ਹੈ ਦੇਖੋ, ਜਦੋਂ ਵੀ ਆਪਾਂ ਕਿਸੇ ਵੀ ਫੋਰਮ ਨੂੰ, ਸੰਗੀਤ ਨੂੰ ਰੂਹ ਨਾਲ ਗਾਵਾਂਗੇ ਤਾਂ ਉੱਥੇ ਸਕੂਨ ਮਿਲਣਾ ਹੀ ਮਿਲਣਾ। ਮੇਰੇ ਗੁਰੂ ਜੀ ਇੱਕ ਗੱਲ ਕਹਿੰਦੇ ਹੁੰਦੇ, ਅਤੇ ਵੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਗਾਇਕੀ ਆ ਜੀ, ਆਪਣੇ ਸਭ ਇੰਡੀਅਨ ਜਿੰਨੀਆਂ ਫੋਰਮਸ ਨੇ ਗਾਇਕੀ, ਉਹਨਾਂ ਦੀ ਮਾਂ ਕਲਾਸਿਕਲ ਆ ਮਿਊਜ਼ਿਕ, ਹੈ ਨਾ, ਸ਼ਾਸਤਰੀ ਸੰਗੀਤ ਬੇਸ ਹੈ ਆਪਣਾ, ਹੈ ਨਾ ਜੀ। ਅਤੇ ਜਿਵੇਂ ਕਿ ਮੇਰਾ ਸਾਰਾ ਮੇਰਾ ਪਾਲਣ ਪੋਸ਼ਣ ਸੰਗੀਤਕ ਜਿਹੜੀ ਮੇਰੀ ਸਿੱਖਿਆ ਸੀ, ਹੈ ਨਾ, ਉਹ ਕਲਾਸਿਕਲ ਦੇ ਉਸਤਾਦ ਜੀ ਤੋਂ 23-24 ਸਾਲ ਮੈਂ ਸਿੱਖਿਆ। ਉਸਤਾਦ ਜੀ ਕਹਿੰਦੇ ਹੁੰਦੇ ਸੀ ਵੀ ਰਾਜੇ ਕਦੇ ਇੱਕ ਗੱਲ ਦਾ ਠੱਪਾ ਨਹੀਂ ਲੱਗਣ ਦੇਣਾ, ਵੀ ਆਪਾਂ ਕਹਿੰਦੇ ਕਈ ਵਾਰ ਕਹਿ ਦਿੰਦੇ ਵੀ ਫਲਾਣਾ ਸਿੰਗਰ ਬੀਟ ਬੜਾ ਸੋਹਣਾ ਗਾਉਂਦਾ, ਫਲਾਣਾ ਸਿੰਗਰ ਸੈਡ ਬੜਾ ਸੋਹਣਾ ਗਾਉਂਦਾ, ਹੈ ਨਾ, ਅਤੇ ਸੈਡ ਵਾਲੇ ਨੂੰ ਆਪਾਂ ਫਿਰ ਬੀਟ ਦੇ ਵਿੱਚ ਕਬੂਲ ਨਹੀਂ ਕਰਦੇ, ਜਾਂ ਫਲਾਣਾ ਬੰਦਾ ਗਜ਼ਲ ਬੜੀ ਸੋਹਣੀ ਗਾਉਂਦਾ, ਆਪਾਂ ਉਹਨੂੰ ਕਹਦੇ ਉਹ ਮਿਰਜ਼ਾ ਨਹੀਂ ਗਾ ਸਕਦਾ। ਬਿਲਕੁਲ, ਉਸਤਾਦ ਜੀ ਕਹਿੰਦੇ ਸੀ ਵੀ ਹਰ ਤਰ੍ਹਾਂ ਦਾ ਗਾਓ, ਬੇਸ ਤੁਹਾਡਾ ਇੰਨਾ ਕੁ ਪੱਕਾ ਹੋ ਜਾਏ। ਇਹੀ ਮੈਂ ਆਪਣੇ ਸਟੂਡੈਂਟਸ ਨੂੰ ਵੀ ਅੱਗੇ ਦੱਸਦਾ ਹੁੰਦਾ, ਕਹਿਣਾ ਹੁੰਦਾ ਵੀ ਰਾਜੇ ਤੁਹਾਡਾ ਬੇਸ ਇੰਨਾ ਕੁ ਪੱਕਾ ਹੋ ਜਾਏ, ਕਲਾਸਿਕਲ 'ਚ ਤੁਸੀਂ ਮਹਾਰਤ ਇੰਨੀ ਕੁ ਇੰਨਾ ਕੁ ਰਿਆਜ਼ ਕਰੋ, ਅਤੇ ਪਰਮਾਤਮਾ ਦੀ ਇੰਨੀ ਕੁ ਕਿਰਪਾ ਹੋ ਜਾਏ, ਕੱਲ੍ਹ ਨੂੰ ਤੁਹਾਨੂੰ ਕੁਛ ਵੀ ਗਾਉਣਾ ਪੈ ਜਾਏ ਤਾਂ ਤੁਸੀਂ ਰੂਹ ਨਾਲ ਗਾਓ। ਕੋਈ ਇੱਕ ਰੰਗ ਅਸੀਂ ਚਾਹੁੰਦੇ ਹਾਂ ਵੀ ਪੇਸ਼ ਕਰੋ ਤੁਸੀਂ ਸਾਡੇ ਦਰਸ਼ਕਾਂ ਵਾਸਤੇ, ਸਰੋਤਿਆਂ ਵਾਸਤੇ, ਮੇਰਾ ਪਿੱਛੇ ਜਿਹੜਾ ਵੀ ਤੁਹਾਡਾ ਪਸੰਦੀਦਾ ਜੀ ਗੀਤ ਆਇਆ ਸੀ, ਕੱਲੀ ਸਿਰ ਤੇ ਬੰਨ ਕੇ ਪੱਗ ਬੰਦਾ ਸਰਦਾਰ ਨਹੀਂ, ਵਾਹ ਜੀ ਵਾਹ, ਬਹੁਤ ਕਮਾਲ। ਉਹ 'ਚ ਬਿਲਕੁਲ ਕੌੜੀ ਸੱਚਾਈ ਬਿਆਨੀ ਗਈ ਸੀ ਵੀ, ਕਿਉਂਕਿ ਦੇਖੋ ਆਪਣਾ ਜਿਹੜਾ ਸਿੱਖ ਪੰਥ ਹੈ ਜੀ, ਬਹੁਤਾ ਜ਼ਿਆਦਾ ਪੁਰਾਤਨ ਨਹੀਂ ਹੈਗਾ ਬਾਕੀ ਧਰਮਾਂ ਨੂੰ, 400 ਸਾਲ ਪੁਰਾਣਾ ਇਤਿਹਾਸ ਹੈ, ਪਰ ਇੰਨੀਆਂ ਕੁ ਜ਼ਿਆਦਾ ਕੁਰਬਾਨੀਆਂ ਨੇ, ਇੰਨਾ ਕੁ ਜ਼ਿਆਦਾ ਆਪਣੇ ਯੋਧੇ ਪੀਰ ਪੈਗੰਬਰ ਆਪਣੇ ਗੁਰੂ, ਇੰਨਾ ਕੁ ਆਪਣਾ ਵਿਰਸਾ ਮਹਾਨ ਹੈ, ਬਿਲਕੁਲ ਵੀ ਸਾਰੀ ਦੁਨੀਆ ਦੇ ਵਿੱਚ ਗੋਰੇ ਵੀ ਮੰਨਦੇ ਨੇ, ਹੈ ਨਾ ਜੀ, ਅਤੇ ਪਰ ਕੁਛ ਕੁ ਪਿੱਛੇ ਸ਼ਰਾਰਤੀ ਅੰਸਰਾਂ ਕਰਕੇ, ਕੁਛ ਕੁ ਲਾਲਚੀ ਲੋਕਾਂ ਕਰਕੇ ਇਹਨੂੰ ਬੜੀ ਢਾਲ ਆਉਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਲੋਕਾਂ ਲਈ ਗੀਤ ਸੀਗਾ, ਅਤੇ ਉਹੀ ਜਿਹੇ ਲੋਕਾਂ ਨੂੰ ਨੰਗੇ ਕਰਨ ਲਈ ਗੀਤ ਸੀ, ਉਹ ਗੀਤ ਨੂੰ ਕਾਫੀ ਪਿਆਰ ਮਿਲਿਆ ਸੋਸ਼ਲ ਮੀਡੀਆ 'ਤੇ, ਮੈਂ ਉਹਦੇ ਚੰਦ ਬੋਲ ਤੁਹਾਨੂੰ ਸੁਣਾਉਣਾ। ਇਰਸ਼ਾਦ ਜ਼ਰੂਰ ਜੀ। ਜਿਹੜਾ ਧਾਰ ਤੇ ਰੱਖਦੇ ਸਿਰੀ ਆਪਣਾ, ਉਹੀ ਸਰਦਾਰ ਕਹਾਉਂਦਾ ਏ, ਓਏ ਜਿਹੜਾ ਗਊ ਗਰੀਬ ਦੀ ਰਾਖੀ ਲਈ ਉਹ ਜਾਨ ਵੀ ਦਾਤੇ ਲਾਉਂਦਾ ਏ, ਕਾਹਦਾ ਸਿੱਖ ਜੇ ਧਰਮ ਦੀ ਖਾਤੇ ਆਹ ਇੱਕ ਨਹੀਂ ਤਣਦਾ, ਕੱਲੀ ਸਿਰ ਤੇ ਬਣ ਕੇ ਪੱਗ ਬੰਦਾ ਸਰਦਾਰ ਨਹੀਂ ਬਣਦਾ, ਕੱਲੀ ਸਿਰ ਤੇ ਬਣ ਕੇ ਪੱਗ ਬੰਦਾ ਸਰਦਾਰ ਨਹੀਂ ਬਣਦਾ, ਗੋਲਕਾਂ ਦੀ ਵੰਡੀ ਖਾਤੇ ਗੁਰੂ ਘਰ ਵਿੱਚ ਪੱਗਾਂ ਲੈ ਗਈਆਂ,
ਓਏ ਮੇਰੀ ਕੌਮ ਦੇ ਠੇਕੇਦਾਰ ਓਏ ਉਹ ਦੱਸੋ ਹੋਰ ਕੀ ਕਸਰਾਂ ਰਹਿ ਗਈਆਂ ਸਭ ਅਫਸਰ ਬਣਨ ਫਿਰਦੇ ਨੇ ਸਭ ਅਫਸਰ ਬਣਨ ਫਿਰਦੇ ਨੇ ਕੋਈ ਸੇਵਾਦਾਰ ਨਹੀਂ ਬਣਦਾ ਕੱਲੀ ਸਿਰ ਤੇ ਬਣ ਕੇ ਪੱਗ ਬੰਦਾ ਸਰਦਾਰ ਨਹੀਂ ਬਣਦਾ ਸਰਦਾਰ ਨਹੀਂ ਬਣਦਾ ਮੰਦਰ ਗੁਰੂ ਘਰ ਨੇ ਸੋਨੇ ਦੇ ਪਰ ਢਿੱਡ ਗਰੀਬ ਦਾ ਭੁੱਖਾ ਏ ਸਰਵਣ ਸੱਚ ਬੋਲਣਾ ਬਹੁਤਾ ਏ ਕੌੜਾ ਵੀ ਤੇ ਰੁੱਖਾਂ ਏ ਦੋ ਚਾਰ ਕੁ ਅੱਖਰ ਜੋੜ ਕੋਈ ਦੋ ਚਾਰ ਕੁ ਗੀਤਾਂ ਨੂੰ ਗਾ ਕੇ ਕੋਈ ਫਨਕਾਰ ਨਹੀਂ ਬਣਦਾ ਕੱਲੀ ਸਿਰ ਤੇ ਬਣ ਕੇ ਪੱਗ ਬੰਦਾ ਸਰਦਾਰ ਨਹੀਂ ਬਣਦਾ ਸਰਦਾਰ ਨਹੀਂ ਬਣਦਾ ਕਮਾਲ ਜੀ ਬਹੁਤ ਕਮਾਲ ਇਹ ਬੜਾ ਮਕਬੂਲ ਵੀ ਹੋਇਆ ਇਹ ਗੀਤ ਸਾਡੀ ਤੁਸੀਂ ਰੂਹ ਦੇ ਨਾਲ ਗਾਇਆ ਜਿੰਨੇ ਸੋਹਣੇ ਦੇ ਬੋਲ ਸੀ ਸੋਸ਼ਲ ਮੀਡੀਆ ਤੇ ਹਰ ਥਾਂ ਤੇ ਇਹਦੀਆਂ ਕਲਿੱਪਾਂ ਦੇਖਣ ਨੂੰ ਸੁਣਨ ਵੀ 2 ਸਾਲ ਹੋ ਗਏ ਜੀ ਲੋਕ ਗੀਤ ਦਾ ਦਰਜਾ ਦੇਈਏ ਤਾਂ ਕੋਈ ਅਤਕਥਨੀ ਵਾਲੀ ਗੱਲ ਨਹੀਂ ਪਰਮ ਜਿੰਨਾ ਕੁ ਵੀ ਜੋ ਤੁਹਾਡਾ ਉਜਾਗਰ ਵੀਰ ਤੁਹਾਡੇ ਸਾਹਮਣੇ ਬੈਠਾ ਜਿੰਨਾ ਕੁ ਸੀ ਕੋਰਾ ਕਾਗਜ਼ ਸੀ ਅਤੇ ਹੁਣ ਵੀ ਜੋ ਕੁਛ ਮੇਰੇ ਉਸਤਾਦ ਜੀ ਦਾ ਉਹਨਾਂ ਦੇ ਬਦੌਲਤ ਉਹਨਾਂ ਦਾ ਕਰਮ ਹੈ ਮੇਰੇ ਲਈ ਰੱਬ ਨੇ ਅਸਲ ਮਾਇਨੇ ਦੇ ਵਿੱਚ ਮੈਂ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਰੱਬ ਦੇਖਿਆ ਨਹੀਂ ਹੈ ਨਾ ਕਿਸੇ ਨੇ ਆਪਾਂ ਕਈ ਲੋਕ ਰੱਬ ਦਾ ਭੈ ਮੰਨਦੇ ਨੇ ਕਈ ਲੋਕ ਰੱਬ ਦਾ ਸਤਿਕਾਰ ਕਰਦੇ ਨੇ ਹੈ ਨਾ ਅਤੇ ਮੈਂ ਉਹਨਾਂ ਲੋਕਾਂ 'ਚੋਂ ਸਤਿਕਾਰ ਕਰਨ ਵਾਲਿਆਂ ਅਤੇ ਮੈਂ ਆਪਣਾ ਰੱਬ ਦੇਖਿਆ ਮੇਰੇ ਉਸਤਾਦ ਜੀ ਦੇ ਰੂਪ 'ਚ ਜੋ ਕੁਛ ਵੀ ਹੈ ਉਹਨਾਂ ਦੇ ਚਰਨਾਂ ਦੀ ਬਦੌਲਤ ਉਸਤਾਦ ਜੀ ਤੁਸੀਂ ਕਿਹਾ ਵੀ 24 ਸਾਲ ਮੂੰਹ ਜਿਹਾ ਭਰ ਜਾਂਦਾ ਜਦੋਂ 24 ਸਾਲਾਂ ਦੀ ਗੱਲ ਕਰਦੇ ਹਾਂ ਨਾ 24 ਸਾਲ ਸਿੱਖਿਆ ਤੁਸੀਂ ਹਾਂਜੀ ਅੱਜ ਕੱਲ੍ਹ ਤਾਂ ਕਲਾਕਾਰ ਕਹਿੰਦੇ ਕੋਈ ਐਡੀ ਜ਼ਰੂਰੀ ਗੱਲ ਨਹੀਂ ਇਹ ਸਿੱਖਣਾ ਕੰਪਿਊਟਰ ਦਾ ਯੁੱਗ ਆ ਜਿਵੇਂ ਮਰਜ਼ੀ ਸੁਰ ਉੱਪਰ ਕਰੋ ਥੱਲੇ ਕਰੋ ਹਾਂਜੀ ਕੋਈ ਸਮੱਸਿਆ ਨਹੀਂ ਪਰ ਮੈਂ ਹੈ ਵੀਰੇ ਆਪਾਂ ਦੇਖੋ ਸਾਰੇ ਮਹਿਸੂਸ ਕਰਦੇ ਸਭ ਨੂੰ ਪਤਾ ਵੀ ਸੰਗੀਤ ਸਮੁੰਦਰ ਆ ਜੀ ਕਿੰਨਾ ਮਰਜ਼ੀ ਸਿੱਖੀ ਜਾਓ ਹੈ ਨਾ ਕਦੇ ਇਹਦੀ ਡੂੰਘਾਈ ਦਾ ਕਦੇ ਪਤਾ ਨਹੀਂ ਚੱਲਦਾ ਜਿੰਨਾ ਆਪਾਂ ਜਿੰਨਾ ਸਿੱਖਦੇ ਜਾਵਾਂਗੇ ਉਨਾ ਹੋਰ ਹੀ ਆਪਾਂ ਨੂੰ ਲੱਗਦਾ ਜਾਊ ਵੀ ਗਾਂ 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 ਹੋਰ ਹੈ ਨਾ ਦੂਜੀ ਗੱਲ ਜਿੰਨਾ ਵੀ ਇਨਸਾਨ ਕੋਈ ਸਿੱਖਦਾ ਆਪਣੇ ਲਈ ਸਿੱਖਦਾ ਆਪਣੇ ਆਪ ਨੂੰ ਤਰਾਸ਼ਣ ਵਾਸਤੇ ਸਿੱਖਦਾ ਅਤੇ ਦੂਜੀ ਗੱਲ ਹਾਂ ਅੱਜ ਕੱਲ੍ਹ ਹੋ ਜਾਂਦਾ ਤੁਹਾਡੀ ਬਿਲਕੁਲ ਗੱਲ ਸਹੀ ਹੈ ਆਪਾਂ ਦੇਖਦੇ ਹੀ ਹਾਂ ਮਿਊਜ਼ਿਕ ਡਾਇਰੈਕਟਰ ਵੀ ਮੋਸਟਲੀ ਕਹਿੰਦੇ ਨੇ ਵੀ ਭਾਵੇਂ ਤੂੰ ਬੋਲ ਕੇ ਚਲਾ ਜਾ ਹੈ ਨਾ ਪੈਸੇ ਦੇ ਜਾ ਇਹਨੇ ਹੈ ਨਾ ਪੈਸੇ ਦੇ ਜਾ ਬੋਲ ਕੇ ਚਲਾ ਜਾ ਭਾਈ ਆਪੇ ਸੁਰ 'ਚ ਕਰ ਲਾਂਗੇ ਅਸੀਂ ਅਤੇ ਪਰ ਸੁਰ 'ਚ ਤਾਂ ਕਰ ਲੈਂਦੇ ਨੇ ਫੀਲ ਬਿਲਕੁਲ ਮਰ ਜਾਂਦਾ ਗਾਉਣੇ 'ਚ ਫੀਲ ਨਹੀਂ ਇਹੀ ਕਾਰਨ ਹੈ ਵੀ ਅੱਜ ਕੱਲ੍ਹ ਦੇ ਗੀਤਾਂ ਦੀ ਉਮਰ ਸਿਰਫ 10 ਜਾਂ 15 ਦਿਨ ਰਹੇਗੀ ਪਹਿਲਾਂ ਰਿਆਜ਼ ਵਾਲੇ ਬੰਦੇ ਚੁਣਿੰਦੇ ਬੰਦੇ ਜਿਨ੍ਹਾਂ ਦੀਆਂ ਉਮਰਾਂ ਲੰਘੀਆਂ ਹੁੰਦੀਆਂ ਸੀ ਉਹ ਗਾਉਂਦੇ ਹੁੰਦੇ ਸੀ ਆਪਾਂ ਦੇਖ ਲਈਏ ਫੋਕ ਵਾਲੇ ਮਾਣਕ ਸਾਹਿਬ ਯਮਲਾ ਜੀ ਅਤੇ ਸਦੀਕ ਸਾਹਿਬ ਇੱਧਰੋਂ ਲਾ ਲਈਏ ਆਪਣੇ ਸਰਤੂਲ ਸਿਕੰਦਰ ਸਾਹਿਬ ਜਨਾਬ ਹੰਸਰਾਜ ਹੰਸ ਜੀ ਅਤੇ ਪੂਰਨ ਸ਼ਾਹ ਕੋਟੀ ਜੀ ਵਡਾਲੀ ਸਾਹਿਬ ਉੱਧਰੋਂ ਦੇਖ ਲਈਏ ਵਰਲਡ ਲੈਵਲ 'ਤੇ ਦੇਖ ਲਈਏ ਤਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੁਨੀਆ ਹੀ ਉਹਨਾਂ ਨੇ ਸਰ ਕਰ ਲਈ ਹੈ ਨਾ ਉਮਰਾਂ ਲੰਘ ਜਾਂਦੀਆਂ ਸੀ ਅਤੇ ਹੁਣ ਅੱਜ ਕੱਲ੍ਹ ਮੇਰੇ ਵਰਗਾ ਕਹਿੰਦਾ ਵੀ ਇੱਕ ਅੱਧਾ ਗਾਣਾ ਆ ਜਾਂਦਾ ਅਤੇ ਨਾਲ 4-5 ਸਾਲ ਰੱਖ ਲਈਏ ਕਲਾ ਹੋਵੇ ਨਾ ਕਾਰ ਜ਼ਰੂਰ ਹੋਵੇ ਕਲਾਕਾਰ ਕੋਲ ਬਿਲਕੁਲ ਸੋ ਇਹ ਚੱਕਰ ਹੈ ਜੀ ਉਸਤਾਦ ਜੀ ਇੱਕ ਸਮਾਂ ਸੀ ਕਹਿੰਦੇ ਵੀ ਜਦੋਂ ਕਹਿੰਦੇ ਸੀ ਪੰਜਾਬ ਬਾਰੇ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਹੁਣ ਇੰਨਾ ਕਲਾਕਾਰਾਂ ਦੀ ਤਾਦਾਦ ਵੱਧ ਗਈ ਵੀ ਤੁਸੀਂ ਇੱਟਾਂ 'ਤੇ ਉੱਪਰ ਬੈਠੇ ਨੇ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਗੁਜ਼ਰਿਆ ਕਹਿੰਦੇ ਵੀ ਨਹੀਂ ਇੱਟਾਂ 'ਤੇ ਨਹੀਂ ਰੋੜਿਆਂ 'ਤੇ ਬੈਠੇ ਨੇ ਰੋੜਿਆਂ 'ਤੇ ਪਰ ਅੱਜ ਕੱਲ੍ਹ ਜਿਹੜੀ ਧਾਰਨਾ ਉਹ ਇਹ ਆ ਕਹਿੰਦੇ ਵੀ ਤੁਸੀਂ ਅੱਖਾਂ ਮੀਚ ਕੇ ਰੋੜਾ ਚੱਕ ਕੇ ਮਾਰੋ ਜਾ ਕੇ ਕਲਾਕਾਰ ਦੇ ਲੱਗੋ ਹੁਣ ਅੱਜ ਕੱਲ੍ਹ ਗੱਲ ਇਹ ਹੈ ਵੀਰੇ ਹਰ ਦੂਜੇ ਤੀਜੇ ਬੰਦੇ ਨੂੰ ਪੁੱਛ ਲਾ ਜੀ ਇਹ ਸੱਚਾਈ ਹੈ
ਜਿਵੇਂ ਤੁਸੀਂ ਪੁੱਛੋ ਕਿਤੇ ਮਿਲੋ ਕਾਫੀ ਟਾਈਮ ਹੋਰ ਉਜਾਗਰ ਸਿੰਘ ਕੀ ਚੱਲਦਾ ਬਾਈ ਜੀ? ਹਾਂ ਬਸ ਬਾਈ ਗਾਣਾ ਰਿਕਾਰਡ ਹੋ ਗਿਆ, ਵੀਡੀਓ ਦੀ ਤਿਆਰੀ ਹੈ, ਬਸ ਥੋੜੇ ਦਿਨਾਂ 'ਚ ਮਾਰਕੀਟ ਦੇ ਵਿੱਚ ਆਪਾਂ ਰੁਝਾਨ ਇਹ ਹੋ ਗਿਆ ਵੀਰੇ ਵੀ ਇੱਕ ਤਾਂ ਕੁਛ ਆਪਣੇ ਐਨ ਆਰ ਆਈਜ਼ ਭਲਾ ਭਰਾਵਾਂ ਦੀ ਬਿਲਕੁਲ ਉਹਨਾਂ ਦੀ ਮਿਹਰਬਾਨੀ ਵੀ ਅਗਲਾ ਆਉਂਦਾ ਵੀ ਇੱਥੇ ਲਾਉਣ ਵਾਸਤੇ ਪੈਸੇ ਨਹੀਂ ਹੁੰਦੇ ਨਹੀਂ, ਪੰਜ ਸੱਤ ਦਸ ਸਾਲ ਬਾਹਰ ਲਾ ਕੇ ਹੈ ਨਾ, ਉਹ ਸ਼ੌਂਕੀਆ ਪੱਧਰ 'ਤੇ ਉਹਨਾਂ ਨੂੰ ਹੁੰਦਾ ਵੀ ਅਸੀਂ ਇੱਕ ਜਾਂ ਦੋ ਗਾਣੇ ਕਰਨੇ, ਉਹਦੇ ਕਰਕੇ ਸੰਗੀਤ ਮਹਿੰਗਾ ਬੜਾ ਹੋ ਗਿਆ ਚਾਹ ਦੇ ਪੈਸੇ ਲਾ ਕੇ ਹੈ ਨਾ, ਅਤੇ ਦੂਜੀ ਗੱਲ ਬੇਰੁਜ਼ਗਾਰੀ ਕਾਫੀ ਵੱਧ ਰਹੀ ਹੈ ਜੀ, ਕਿਸੇ ਮੇਰੇ ਅਰਗੇ ਦਾ 10 ਲੱਖ 'ਚੋਂ ਕਿਸੇ ਦਾ ਲੱਖਾਂ ਕਰੋੜਾਂ 'ਚੋਂ ਇੱਕ ਦਾ ਤੁੱਕਾ ਲੱਗ ਜਾਂਦਾ, ਅਗਲੇ ਨੂੰ ਇਹ ਹੁੰਦਾ ਵੀ ਇੱਕ ਅੱਧਾ ਗਾਣਾ ਚੱਲ ਗਿਆ ਇਹ ਨਹੀਂ ਤਾਂ ਬਾਹਰ ਹੀ ਨਿਕਲ ਜਾਂਦਾ, ਬਸ ਬਾਹਰ ਨਿਕਲ ਜਾਏ। ਇਹ ਗੱਲ ਆ ਵੀ ਹੁਣ ਸੰਗੀਤ ਨੂੰ ਆਰਟ ਵਾਂਗੂ ਨਹੀਂ ਲੈਂਦੇ, ਸੰਗੀਤ ਨੂੰ ਬਿਜ਼ਨਸ ਵਾਂਗੂ ਲੈਣ ਲੱਗ ਬਿਲਕੁਲ, ਇਹ ਆ ਜਾਣਗੇ ਬਾਉਂਸਰ ਹੋਣਗੇ ਠੀਕ ਆ, ਮੰਡੀਰ ਪਿੱਛੇ ਲੱਗੂ, ਚਾਰ ਕੁੜੀਆਂ ਫੋਲੋ ਕਰਨਗੀਆਂ, ਇਹ ਹੋਊਗਾ ਜੀ, ਉਹ ਹੋਊਗਾ, ਗੱਡੀਆਂ ਵੱਡੀਆਂ ਹੋਣਗੀਆਂ, ਸੰਗੀਤ ਦੀ ਮੌਸੀਕੀ ਤਾਂ ਜਿਹਨੂੰ ਆਪਾਂ ਕਹਿੰਦੇ ਸੰਗੀਤ ਨੂੰ ਮੌਸੀਕੀ ਕਹਿੰਦੇ ਹਾਂ ਹੈ ਨਾ, ਮੌਸੀਕੀ ਕਿੱਡਾ ਸੁੱਚਾ ਲਫ਼ਜ਼ ਆ, ਉਹ ਨਹੀਂ ਰਹੀ ਹੁਣ ਸੰਗੀਤ ਤਾਂ, ਹੁਣ ਤਾਂ ਸਿਸਟਮ ਅੱਜ ਕੱਲ੍ਹ ਤਾਂ ਜੀ ਬਿਲਕੁਲ ਕਦੇ ਪਰਮਾਤਮਾ ਨਾਲ ਜੋੜਨ ਦੀ, ਬਿਲਕੁਲ ਕਲਾ ਨੂੰ ਮਾਧਿਅਮ ਮੰਨਿਆ ਜਾਂਦਾ ਸੀ ਪਰਮਾਤਮਾ ਨਾਲ। ਉਸਤਾਦ ਜੀ ਇੱਕ ਗੱਲ ਕਹਿੰਦੇ ਸੀ ਵੀ ਆਲਾਪ ਆਪਾਂ ਗਾਉਂਦੇ ਹਾਂ ਨਾ, ਆਲਾਪ ਲਾਉਂਦੇ ਹਾਂ ਜੀ, ਤੁਹਾਡੇ ਮਨ ਦੀਆਂ ਤਰੰਗਾਂ ਨੇ, ਮਨ ਦੀ ਉਡਾਣ ਨੂੰ ਆਪਾਂ ਕਿੱਥੇ ਲੈ ਕੇ ਜਾ ਸਕਦੇ ਹਾਂ, ਜਿਵੇਂ ਆਪਾਂ ਕਹਿੰਦੇ ਮਤਲਬ ਕੋਈ ਦਰਦ ਬਿਆਨ ਕਰਦੀ ਆ ਆਵਾਜ਼, ਜਿੰਨੇ ਕੁ ਜੋਗੇ ਹੁਣ ਤੱਕ ਹੋਏ ਆ ਥੋੜ੍ਹਾ ਬਹੁਤ, ਜਿੰਨਾ ਕੁ ਤੁਹਾਡੀ ਆਵਾਜ਼ ਦਰਦ ਬਿਆਨ ਕਰਦੀ ਹੋਵੇ, ਰੰਗ ਜਿਵੇਂ ਆਪਾਂ ਹੁੰਦੇ ਹਾਂ ਨਾ, ਰਸ ਹੁੰਦੇ ਨੇ ਜੀ, ਰਸ ਹੁੰਦੇ ਨੇ ਹੈ ਨਾ, ਪ੍ਰੇਮ ਰਸ ਹੈ ਨਾ, ਅਤੇ ਆਪਾਂ ਵੀਰ ਰਸ ਜਦੋਂ ਗਾ ਰਹੇ ਹਾਂ ਪੂਰਾ, ਉਹ ਚੀਜ਼ਾਂ ਹੁੰਦੀਆਂ ਸੀਗੀਆਂ ਸੰਗੀਤ ਦੇ ਵਿੱਚ, ਉਹ ਫੀਲ ਐਟਮੋਸਫੇਅਰ ਦਿੰਦੀ ਸੀ ਹੈ ਨਾ, ਆਪਾਂ ਕਹਿੰਦੇ ਸੁਣਦੇ ਹਾਂ ਵੀ ਹੈ ਨਾ ਵੀ ਤਾਜ ਉਹਨਾਂ ਨੇ ਤਾਨਸੇਨ ਨੇ ਗਾ ਕੇ ਵੀ ਜੰਗਲਾਂ ਨੂੰ ਅੱਗ ਲਗਾ ਦਿੱਤੀ, ਮਾਈ ਬੰਨੋ ਦਾ ਮੰਦਿਰ ਇੱਥੇ ਜੀ ਬਨੂੜ, ਉਹਨਾਂ ਨੇ ਵੀ ਮੀਂਹ ਪਾ, ਮੈਨੂੰ ਨਹੀਂ ਪਤਾ ਵੀ ਇਹ ਇਤਿਹਾਸ ਆ ਜਾਂ ਮਿਥਿਹਾਸ, ਜੀ ਜੀ, ਪਰ ਕਹਿਣ ਤੋਂ ਭਾਵ ਸੀ ਵੀ ਉਹਨਾਂ ਦੀ ਗਾਇਕੀ ਦੇ ਵਿੱਚ ਇੰਨਾ ਕੁ ਫੀਲ ਹੁੰਦਾ ਸੀ, ਇੰਨਾ ਕੁ ਰਿਆਜ਼ ਹੁੰਦਾ ਸੀ ਵੀ ਬਾਕੀ ਪ੍ਰਕਿਰਤੀ 'ਤੇ ਅਸਰ ਸੰਗੀਤ ਪਾਉਂਦਾ। ਬਿਲਕੁਲ, ਪਾਤਰ ਸਾਹਿਬ ਉਹਨਾਂ ਦਾ ਇੱਕ ਸ਼ੇਅਰ ਆ, ਹਾਂਜੀ, ਕਹਿੰਦੇ ਵੀ ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ, ਹਾਂਜੀ, ਉਹ ਵੀ ਬਹੁਤ ਤਕੜੇ ਕਲਾਕਾਰ, ਹਾਂਜੀ ਹਾਂਜੀ, ਬੈਜੂ ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ, ਤਾਨ ਸੁਣੀ ਤਾਂ ਹੰਝੂ ਬਣ ਕੇ ਡਿੱਗ ਗਈ ਤਲਵਾਰ। ਵਾਹ ਵਾਹ, ਇੱਕ ਅੱਜ ਸਮਾਂ ਜੀ ਕਲਾਕਾਰ ਇੱਕ ਦੂਸਰੇ ਦੇ ਨਾਲ, ਹੁਣੇ ਸਾਡੇ ਇੱਥੇ ਲੜਾਈ ਵੀ ਹੋ ਕੇ ਹਟੀ ਹੈ ਪੰਜਾਬ ਦੇ ਵਿੱਚ, ਸੋਸ਼ਲ ਮੀਡੀਆ ਤੇ ਤੁਸੀਂ ਸਾਰਾ ਕੁਝ ਦੇਖਿਆ ਹੀ ਹੋਣਾ ਜੀ, ਉਹ ਦੋ ਭਰਾ ਆਪਣੇ, ਦੋ ਤਿੰਨ ਭਰਾ ਆਪਸ, ਬਿਲਕੁਲ ਜੀ, ਇੱਕ ਦੂਸਰੇ ਦੇ ਨਾਲ ਟਾਈਮ ਬੰਨ ਰਹੇ ਨੇ, ਲੜਨ ਦੀਆਂ ਗੱਲਾਂ ਹੋ ਰਹੀਆਂ, ਕਿੱਥੇ ਜਿਹੜਾ ਸੰਗੀਤ ਸੀ ਮੈਨੂੰ ਲੱਗਦਾ ਵੀ ਇਹ ਮੁਹੱਬਤ ਦੀ ਗੱਲ ਕਰਦਾ, ਬਿਲਕੁਲ, ਸੰਗੀਤ ਹਮੇਸ਼ਾ ਜੋੜਨ ਦੀ ਗੱਲ ਕਰਦਾ, ਤੋੜਨ ਦੀ ਗੱਲ ਨਹੀਂ ਕਰਦਾ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਦੋਨੋਂ ਨੂੰ ਨਹੀਂ ਫਿਰ, ਆਰਟਿਸਟ ਤਾਂ ਨਹੀਂ ਮੰਨੂੰਗਾ, ਕਲਾਕਾਰ ਨਹੀਂ ਮੰਨੂ, ਸਿੰਗਰ ਹੋਣਗੇ ਗਵਈਏ ਅੱਛੇ ਹੋ ਸਕਦੇ ਨੇ ਜੀ, ਕਲਾਕਾਰ ਨਹੀਂ ਮੰਨੂੰਗਾ, ਇੱਕ ਦੂਜੇ ਨੂੰ ਪਰਿਵਾਰਾਂ ਦੀਆਂ ਭੈਣਾਂ ਧੀਆਂ ਦੀ ਪੱਤਰ ਰੋਲਣੀ ਸੋਸ਼ਲ ਮੀਡੀਆ ਦੇ ਉੱਤੇ ਜੀ, ਕਿਸੇ ਨੇ ਤੁਹਾਡੇ ਫੈਨਸ, ਕੋਈ ਉਹਨੂੰ ਗਾਲ ਕੱਢ ਰਿਹਾ, ਕੋਈ ਉਹਨੂੰ ਗਾਲ, ਕਿੱਡੀ ਕੁ ਸਰਦਾਰੀ ਤੁਸੀਂ ਦਿਖਾ ਰਹੇ ਹੋ, ਦੋਨੇ ਆਪਾਂ ਸਰਦਾਰ ਪਰਿਵਾਰਾਂ 'ਚੋਂ ਬਿਲੋਂਗ ਕਰਦੇ ਨੇ ਹੈ ਨਾ, ਬਿਲਕੁਲ, ਦੋਨੇ ਭੈਣ ਧੁਰਾਂ, ਕਿੰਨੀ ਕੁ ਸਰਦਾਰੀ ਦਿਖਾ ਰਹੇ ਹੋ ਯਾਰ ਤੁਸੀਂ, ਕਿੰਨੀ ਕੁ ਅਕਲ ਵਾਲੀ ਗੱਲ ਆ, ਮਾਵਾਂ ਭੈਣਾਂ ਦੀਆਂ ਗਾਲਾਂ ਤੁਸੀਂ, ਧੀਆਂ ਭੈਣਾਂ ਦਾ ਕੀ ਕਸੂਰ ਆ? ਦੂਜੀ ਗੱਲ, ਸੰਗੀਤ ਜੋੜਦਾ ਜੀ, ਸੰਗੀਤ ਤੋੜਦਾ ਨਹੀਂ, ਜਿਹੜੀ ਗੱਲ ਤੁਸੀਂ ਪਹਿਲਾਂ ਹੀ ਕਹਿਤੀ, ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ, ਭਾਵੇਂ ਠੀਕ ਆ ਉਹ ਬਹੁਤ ਉੱਚੇ ਲੈਵਲ ਦੇ ਦਰਜੇ ਦੇ ਕਲਾਕਾਰ ਨੇ ਜੀ, ਮੇਰੀ ਕੋਈ ਆਗਾਤ ਨਹੀਂ, ਮੈਂ ਕਹਿਦਾ ਠੀਕ ਆ ਨਾ, ਅਤੇ ਸੰਗੀਤ ਵਾਲੇ ਬੰਦੇ ਦੇ ਮਨ ਦੇ ਵਿੱਚ, ਮੈਂ ਆਪਣੇ ਸਟੂਡੈਂਟਸ ਨੂੰ ਵੀ ਕਹਿੰਦਾ, ਮੈਂ ਆਪਣੇ ਉਸਤਾਦ ਜੀ ਤੋਂ ਵੀ ਗੱਲ ਸਿੱਖੀ ਜੀ, ਸੰਗੀਤ ਵਾਲੇ ਬੰਦੇ ਦੇ ਮਨ 'ਚ ਕਦੇ ਖੁੰਦਕ ਨਹੀਂ ਚਾਹੀਦੀ ਕਿਸੇ ਦੇ ਪ੍ਰਤੀ ਜੀ, ਜਦੋਂ ਖੁੰਦਕ ਮਨ 'ਚ ਰਹਿਣ ਲੱਗ ਜਾਣਾ ਫਿਰ ਸੰਗੀਤ ਨਹੀਂ ਰਹਿੰਦਾ, ਸਰਸਵਤੀ ਮਾਤਾ ਦਾ ਵਾਸ ਨਹੀਂ ਰਹਿੰਦਾ ਫਿਰ ਤੁਹਾਡੇ ਅੰਦਰ,
ਠੀਕ ਹੈ ਨਾ, ਚਲਾਉਣ ਨੂੰ ਜੋ ਮਰਜ਼ੀ ਕਰਾਈ ਚੱਲੀਏ, ਪੁੱਠੇ ਸਿੱਧੇ ਗਾਣੇ ਗਾ ਕੇ ਆਪਾਂ ਜਿਵੇਂ ਇੱਕ ਕਹਿੰਦਾ ਨਸ਼ੇ ਨੂੰ ਪ੍ਰਮੋਟ ਕਰਦੇ ਹੋ, ਠੀਕ ਹੈ ਜੀ, ਗਲਤ ਗੱਲ ਹੈ ਜੇ ਨਸ਼ੇ ਨੂੰ ਕੋਈ ਪ੍ਰਮੋਟ ਕਰ ਰਿਹਾ ਤਾਂ ਗਲਤ ਗੱਲ ਹੈ ਆਪਾਂ, ਕਿਉਂਕਿ ਫੋਲੋ ਕਰਦੇ ਨੇ ਹੈ ਨਾ, ਆਪਾਂ ਆਈਕਨ ਬਣ ਜਾਂਦਾ ਸਿੰਗਰ, ਤੁਸੀਂ ਸਿੰਗਰ ਹੋ, ਤੁਸੀਂ ਵੱਡੇ ਲੈਵਲ 'ਤੇ ਤਾਂ ਲੋਕ ਤੁਹਾਨੂੰ ਫੋਲੋ ਕਰਨਗੇ, ਜੇ ਤੁਸੀਂ ਪੁੱਠਾ ਕੰਮ ਕਰੋਗੇ ਤਾਂ ਵੀ, ਸਿੱਧਾ ਕਰੋਗੇ ਤਾਂ ਵੀ ਫੋਲੋ ਕਰਨਗੇ, ਹੈ ਨਾ। ਸੋ ਇੱਕ ਡਿਊਟੀ ਬਣ ਜਾਂਦੀ ਹੈ ਫੇਮਸ ਬੰਦੇ ਦੀ, ਫੇਮਸ ਆਰਟਿਸਟ ਦੀ, ਫੇਮਸ ਸਿੰਗਰ ਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਆਪਾਂ ਕੀ ਪਰੋਸ ਕੇ ਦੇ ਰਹੇ ਹਾਂ। ਬਿਲਕੁਲ ਜੀ। ਅੱਜ ਕੱਲ੍ਹ ਕੀ ਰੁਝੇਵੇਂ ਨੇ ਜੀ? ਅੱਜ ਕੱਲ੍ਹ ਜ਼ਿਆਦਾ ਰੁਝੇਵੇਂ ਤਾਂ ਵੀਰੇ, ਸਭ ਤੋਂ ਵੱਡਾ ਰੁਝੇਵਾਂ ਤਾਂ ਹੈਗਾ ਮੇਰੀ ਅਕੈਡਮੀ, ਮੇਰੀ ਜ਼ਿੰਮੇਵਾਰੀ ਵੀ ਹੈ ਅਤੇ ਮੇਰਾ ਸਭ ਤੋਂ ਵੱਡਾ ਕੰਮਕਾਰ, ਮੇਰੀ ਪਸੰਦੀਦਾ। ਮੈਂ ਉਹ ਚੀਜ਼ ਕਹਿ ਸਕਦਾ ਵੀ ਇੱਕ ਤਾਂ ਟਕਸਾਲ ਆਉਂਦੀ ਹੈ, ਸਿੱਕੇ ਘੜੇ ਜਾਂਦੇ ਨੇ ਟਕਸਾਲ 'ਚ, ਪਰ ਜਿਹੜੀ ਤੁਹਾਡੀ ਅਕੈਡਮੀ ਆ ਉੱਥੇ ਸਿੱਕੇ ਨਹੀਂ, ਉੱਥੇ ਹੀਰੇ ਘੜੇ ਜਾਂਦੇ ਨੇ। ਜਦੋਂ ਮੇਰੀ ਐਮਫਿਲ ਕੰਪਲੀਟ ਹੋ ਗਈ ਜੀ, ਉਦੋਂ ਥੋੜ੍ਹੇ ਬਹੁਤ ਵਿਦੇਸ਼ਾਂ ਦੇ ਟੂਰ ਵੀ ਲੱਗ ਜਾਂਦੇ ਸੀਗੇ ਸਾਲ 'ਚ ਇੱਕ ਦੋ ਤਿੰਨ, ਅਤੇ ਜਦੋਂ ਕਿਤੇ ਇੱਥੇ ਪ੍ਰੋਗਰਾਮ ਹੁੰਦਾ ਸੀ, ਯੂਨੀਵਰਸਿਟੀ 'ਚ ਹੁੰਦਾ ਜਾਂ ਕਿਤੇ ਬਾਹਰ ਹੁੰਦਾ, ਉਦੋਂ ਤਾਂ ਬਿਜ਼ੀ ਰਹਿਣਾ, ਅਦਰਵਾਈਜ਼ ਫਿਰ ਘਰ। ਮੈਂ ਉਸਤਾਦ ਜੀ ਨੇ ਇੱਕ ਵਾਰੀ ਵੈਸੇ ਪੁੱਛ ਲਿਆ, ਕਹਿੰਦੇ ਕੀ ਕਰਦਾ, ਅਤੇ ਉਹਨਾਂ ਕਾਫੀ ਟਾਈਮ ਬਾਅਦ ਮਿਲਿਆ ਸੀ, ਬਾਹਰ ਜਾ ਕੇ ਆਇਆ ਸੀ ਉਦੋਂ, ਮੇਰੇ ਖਿਆਲ ਮੈਂ ਇੰਗਲੈਂਡ ਜਾ ਕੇ ਆਇਆ ਸੀ 2008 ਦੀ ਗੱਲ। ਅਤੇ ਮੈਂ ਕਿਹਾ ਜੀ ਉਸਤਾਦ ਜੀ ਐਂ ਜ਼ਿਆਦਾ ਘਰ ਰਹਿੰਦੇ ਜੀ ਜਾਂ ਤੁਹਾਡੇ ਕੋਲ ਜਦੋਂ ਆਉਣਾ ਗਾ, ਅਤੇ ਉਹ ਕਹਿੰਦੇ ਵੀ ਤੂੰ ਐਂ ਕਰ, ਤੂੰ ਸਿਖਾਉਣਾ ਸ਼ੁਰੂ ਕਰ ਜੀ, ਕਿਉਂਕਿ ਜਦੋਂ ਉਸਤਾਦ ਜੀ ਬਾਹਰ 3 ਜਾਂ 4 ਮਹੀਨੇ ਲਈ ਅਬਰੋਡ ਜਾਂਦੇ ਸੀਗੇ ਉੱਥੋਂ ਦੀਆਂ ਅਕੈਡਮੀਜ਼ ਸਿਖਾਉਣ, ਅਤੇ ਮੈਨੂੰ ਅਤੇ ਦਲਬੀਰ ਬਾਈ ਨੂੰ, ਦਲਬੀਰ ਵਿਰਦੀ ਬਾਈ ਨੂੰ ਸਾਡੀ ਡਿਊਟੀ ਲਾ ਜਾਂਦੇ ਸੀ ਵੀ ਤੁਸੀਂ ਕਲਾਸ ਲੈਣੀ ਹੈ ਪਿੱਛੇ ਜੀ ਜੀ, ਅਤੇ ਉਸਤਾਦ ਜੀ ਸਾਡੀ ਡਿਊਟੀ ਲਾ ਜਾਂਦੇ ਸੀ। ਮੈਂ ਕਿਹਾ ਉਸਤਾਦ ਜੀ, ਕਹਿੰਦੇ ਉਦੋਂ ਕਹਿੰਦੇ ਵੀ ਤੂੰ ਅਕੈਡਮੀ ਸ਼ੁਰੂ, ਤੂੰ ਸਿਖਾਉਣਾ ਸ਼ੁਰੂ ਕਰ। ਉਸਤਾਦ ਜੀ ਕਿੱਥੇ, ਮੈਂ ਇੰਨਾ ਯੋਗਾ ਨਹੀਂ। ਕਹਿੰਦੇ ਨਹੀਂ, ਮੈਂ ਤੈਨੂੰ ਕਲਾਸ ਲੈਂਦੇ ਨੂੰ ਦੇਖਿਆ ਅਤੇ ਤੂੰ, ਤੇਰੀ ਇੱਕ ਰੂਟੀਨ ਬਣ ਚੁੱਕੀ। ਫਿਰ ਹੌਲੀ ਹੌਲੀ ਅਕੈਡਮੀ ਸਟਾਰਟ ਕੀਤੀ ਜੀ, ਅਤੇ ਯੂਨੀਵਰਸਿਟੀ ਕਾਫੀ ਮਤਲਬ ਕਠਿਨਾਈਆਂ ਮੁਸ਼ਕਲਾਂ ਆਈਆਂ। ਉਸਤਾਦ ਜੀ ਮਾਫੀ ਚਾਹੁੰਦਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਆਪਣੀ ਅਕੈਡਮੀ ਦਾ ਐਡਰੈਸ ਜ਼ਰੂਰ ਦੱਸ ਦਿਓ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ, ਤਾਂ ਕਿ ਕਈ ਵਾਰੀ ਨਾ ਕਿਸੇ ਦੇ ਅੰਦਰ ਸਿੱਖਣ ਦੀ ਚਾਹ ਨਾ ਬੜੀ ਹੁੰਦੀ ਹੈ, ਹਾਂਜੀ, ਪਰ ਚੰਗਾ ਗੁਰੂ ਮਿਲਣਾ ਵੀ, ਕਹਿੰਦੇ ਵੀ ਚਾਹ ਪੀਏ ਪੁਣ ਕੇ ਗੁਰੂ ਕਰੀਏ ਚੁਣ ਕੇ। ਮੈਂ ਤਾਕੀਦ ਕਰਦਾ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਨੋਟ ਕਰੋ ਜੀ ਜੀ, ਉਹਨਾਂ ਦੀ ਅਕੈਡਮੀ ਕਿੱਥੇ ਹੈ, ਅਕੈਡਮੀ ਜ਼ਰੂਰ ਇੱਕ ਵਾਰ ਆਇਓ। ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਹੀ ਹੈ, ਕਿਸੇ ਗਲੀ 'ਚ ਮੁੜਨ ਦੀ ਲੋੜ ਨਹੀਂ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਰੋਡ ਕ੍ਰੋਸ ਕਰਕੇ ਇੱਧਰ ਆਪਣੀ ਅਕੈਡਮੀ ਹੈ, ਲੱਕੀ ਜੂਸ ਕੋਰਨਰ ਉੱਥੇ ਕਾਫੀ ਮਸ਼ਹੂਰ ਆ, ਉਹਦੇ ਨਾਲ ਆਪਣੀ ਅਕੈਡਮੀ ਹੈ ਗੋਲੂ ਹੇਅਰ ਡਰੈਸਰ ਦੇ ਕੋਲ। ਵੈਸੇ ਮੈਂ ਐਡਰੈਸ ਅਜੇ ਦੱਸ ਰਿਹਾ, ਪਰ ਉਹ ਪੱਕੇ ਐਡਰੈਸ ਨੇ ਉੱਥੇ, ਗੋਲੂ ਹੇਅਰ ਡਰੈਸਰ ਅਤੇ ਲੱਕੀ ਜੂਸ ਕੋਰਨਰ, ਬਹੁਤ ਸਾਲ ਹੋ ਗਏ। ਹਾਂਜੀ, ਅਤੇ ਆਪਣੀ ਅਕੈਡਮੀ ਆਰੀਅਨ ਮਿਊਜ਼ਿਕ ਅਕੈਡਮੀ ਹੈ ਜੀ ਮੇਰੀ ਅਕੈਡਮੀ ਦਾ ਨਾਮ। ਬਾਕੀ ਮੇਰਾ ਨੰਬਰ ਹੈ 9888112167, 9881161, ਜੇ ਕਦੇ ਵੀ ਕਿਸੇ ਵੀਰ ਨੂੰ ਕੋਈ ਸੇਵਾ ਦਾ ਮੌਕਾ ਜਿੰਨੇ ਯੋਗਾ ਹੈਗਾ ਤਾਂ ਮੈਂ ਮਦਦ ਕਰੂੰਗਾ ਸੰਗੀਤਕ ਖੇਤਰ ਦੇ ਵਿੱਚ ਜੀ। ਬਿਲਕੁਲ ਉਸਤਾਦ ਜੀ, ਹੁਣ ਇਸ ਤਰ੍ਹਾਂ ਕਰੋ, ਕੋਈ ਆਪਣੀ ਰੂਹ ਦੀ, ਆਪਣੀ ਰੂਹ ਦੀ ਗੱਲ ਕਰੋ, ਆਪਣੀ ਰੂਹ ਦਾ ਕੋਈ ਰੰਗ ਜ਼ਰੂਰ ਸੁਣਾਓ ਜੀ ਹੁਣ। ਠੀਕ ਹੈ ਜੀ, ਇੱਕ ਨਜ਼ਮ ਬੇਵਸੀ ਮੇਰੇ ਦਿਲ ਦੇ ਕਾਫੀ ਕਰੀਬ ਹੈ, ਆਪਾਂ ਪਹਿਲਾਂ ਵੀ ਗੁਣਗੁਣਾ ਰਹੇ ਸੀ, ਉਹ 'ਚ ਕੋਸ਼ਿਸ਼ ਮੈਂ ਕੀਤੀ ਸੀ ਉਹਦੀ ਕੰਪੋਜ਼ ਕਰਕੇ ਵੀ ਬੇਵਸੀ ਨੂੰ ਡਿਫਾਈਨ ਕਿਵੇਂ ਕੀਤਾ ਜਾਵੇ ਬੇਵਸੀ ਸੰਗੀਤ ਦੇ ਵਿੱਚ ਜੀ। ਉਹ ਕੋਸ਼ਿਸ਼ ਕਰੂੰਗਾ, ਦੇਖਿਓ ਕਿੰਨਾ ਕਾਮਯਾਬ ਹੋਣਾ, ਬਾਕੀ ਸਰੋਤੇ ਦੱਸਣਗੇ। ਬਿਲਕੁਲ। ਬਸੀ ਹੈ
ਸੁਣਾ ਗਿਆ ਕੋਈ ਬਸੀ ਹੈ ਸੁਣਾ ਗਿਆ ਦੋ ਹੰਝੂ ਬਹਾ ਗਿਆ ਕੋਈ ਬੇਬਸੀ ਸੁਣਾ ਗਿਆ ਦੋ ਪਰਿੰਦੇ ਦਿਸੇ ਜੁਦਾ ਉੱਡਦੇ ਦੋ ਪਰਿੰਦੇ ਦਿਸੇ ਜੁਦਾ ਉੱਡਦੇ ਯਾਦ ਮੈਨੂੰ ਆ ਗਿਆ ਯਾਦ ਮੈਨੂੰ ਆ ਗਿਆ ਦੋ ਹੰਝੂ ਬਹਾ ਗਿਆ ਕੋਈ ਬੇਬਸੀ ਹੈ ਸੁਣਾ ਗਿਆ ਕੋਈ ਵਾਕਿਆ ਜੀ ਬੇਬਸੀ ਤੁਸੀਂ ਸੁਣਾਈ ਸਾਨੂੰ ਲਾਜਵਾਬ ਹੀ ਕਰਤਾ ਕੋਸ਼ਿਸ਼ ਇਹੀ ਹੁੰਦੀ ਹੈ ਵੀਰੇ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਵੀ ਜੋ ਵੀ ਸ਼ਬਦ ਕਹਿੰਦੇ ਹੋਣ ਇਕੱਲੇ ਇਕੱਲੇ ਸ਼ਬਦ ਨੂੰ ਰੰਗ ਦੇਣ ਦੀ ਕੋਸ਼ਿਸ਼ ਕਰ ਜੀ ਜੇ ਤੂੰ ਚਾਹੁੰਦਾ ਤਾਂ ਮੈਂ ਇੱਕ ਵਾਰੀ ਪੁੱਛਿਆ ਮੈਂ ਸੱਤਵੀਂ ਅੱਠਵੀਂ 'ਚ ਹੁੰਦਾ ਸੀ ਮੈਂ ਕਿਹਾ ਉਸਤਾਦ ਜੀ ਫੀਲ ਕੀ ਹੁੰਦਾ ਛੇਵੀਂ ਸੱਤਵੀਂ 'ਚ ਹੁੰਦਾ ਸੀ ਮੈਂ ਕਿਹਾ ਜੀ ਫੀਲ ਕਹਿੰਦੇ ਨੇ ਫੀਲ ਹੋਣਾ ਚਾਹੀਦਾ ਬੰਦੇ ਦੇ ਗਾਉਣ 'ਚ ਫੀਲ ਹੋਣਾ ਚਾਹੀਦਾ ਮੈਂ ਕਿਹਾ ਜੀ ਫੀਲ ਕੀ ਹੁੰਦਾ ਕਿਵੇਂ ਆਉਂਦਾ ਕਹਿੰਦੇ ਵੀ ਜੋ ਸ਼ਬਦ ਹੁੰਦੇ ਨੇ ਜੀ ਇਕੱਲਾ ਇਕੱਲਾ ਸ਼ਬਦ ਜੋ ਚੁਣ ਕੇ ਲਿਖਿਆ ਹੁੰਦਾ ਲਿਖਾਰੀ ਨੇ ਇਕੱਲੇ ਇਕੱਲੇ ਸ਼ਬਦ ਨੂੰ ਰੰਗ ਦੇਣ ਦੀ ਕੋਸ਼ਿਸ਼ ਕਰਿਆ ਕਰ ਫੀਲ ਦੇ ਵਿੱਚ ਆਪੇ ਆਉਣ ਲੱਗ ਜੂ ਉਸ ਦਿਨ ਤੋਂ ਬਾਅਦ ਆਹ ਦਿਨ ਹੈ ਕੋਸ਼ਿਸ਼ ਜ਼ਰੂਰ ਕਰੀਦੀ ਹੈ ਜਿੰਨਾ ਕੁ ਵੀ ਕਰ ਸਕੀਏ ਜੀ ਉਸਤਾਦ ਜੀ ਜ਼ਿੰਦਗੀ ਹੈ ਇਹਦੇ ਵਿੱਚ ਬੜੇ ਉਤਰਾਅ ਚੜ੍ਹਾਅ ਹਾਂਜੀ ਆਉਂਦੇ ਰਹਿੰਦੇ ਨੇ ਦੁੱਖ ਸੁੱਖ ਹਾਂਜੀ ਜਦੋਂ ਕਦੇ ਉਸਤਾਦ ਜੀ ਉਜਾਗਰ ਅੰਟਾਲ ਜੀ ਹਾਂਜੀ ਉਦਾਸ ਹੁੰਦੇ ਨੇ ਹਾਂਜੀ ਮੋਸਟਲੀ ਕਿਹੜਾ ਗਾਣਾ ਗੁਣਗੁਣਾਉਂਦੇ ਨੇ ਕੁਝ ਸ਼ਬਦ ਹੁੰਦੇ ਨੇ ਸਾਡੇ ਨਜ਼ਦੀਕ ਹਾਂਜੀ ਜਦੋਂ ਅਸੀਂ ਕਹਿੰਦੇ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ ਬਿਲਕੁਲ ਜੇ ਹੋਰ ਨਹੀਂ ਹੈ ਕੁਝ ਪੱਲੇ ਇਹ ਸ਼ਬਦਾਂ ਦੀ ਦਰਗਾਹ ਤਾਂ ਹੈ ਹਾਂਜੀ ਬਿਲਕੁਲ ਕਲਾਕਾਰਾਂ ਕੋਲੇ ਸ਼ਾਇਰਾਂ ਕੋਲੇ ਸ਼ਬਦ ਹੁੰਦੇ ਨੇ ਜਿਹੜੇ ਦੁੱਖ ਦੇ ਵਿੱਚ ਨਾ ਸਾਡੇ ਨਜ਼ਦੀਕ ਸਾਡੇ ਨਾਲ ਨਾਲ ਤੁਰਦੇ ਨੇ ਸਾਨੂੰ ਆਸਰਾ ਦਿੰਦੇ ਨੇ ਬਿਲਕੁਲ ਉਜਾਗਰ ਅੰਟਾਲ ਜੀ ਜਦੋਂ ਉਦਾਸ ਹੁੰਦੇ ਨੇ ਮਾਯੂਸ਼ ਹੁੰਦੇ ਨੇ ਕਿਸੇ ਗੱਲ ਤੋਂ ਕਿਹੜੇ ਸ਼ਬਦ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਨਾਲ ਅਕਸਰ ਕਿਤੇ ਜਦੋਂ ਦਿਲ ਦੀ ਗੱਲ ਚੱਲਦੀ ਹੈ ਮਿੱਤਰ ਪਿਆਰਿਆਂ 'ਚ ਮੈਂ ਇੱਕ ਗੱਲ ਦੱਸਦਾ ਹੁੰਦਾ ਵੀ ਸ਼ੁਰੂ ਤੋਂ ਮੇਰਾ ਇੱਕ ਆਦਤ ਸੀ ਜਦੋਂ ਮੈਂ ਰਿਆਜ਼ ਕਰਦਾ ਹੁੰਦਾ ਸੀਗਾ ਜਾਂ ਹੁਣ ਵੀ ਕਿਤੇ ਜਦੋਂ ਕਿਤੇ ਉੱਤੇ ਮੇਰਾ ਉਦੋਂ ਪਹਿਲਾਂ ਰੂਮ ਉੱਪਰ ਹੁੰਦਾ ਸੀਗਾ ਘਰ ਅਤੇ ਮਿਊਜ਼ਿਕ ਰੂਮ ਮੇਰਾ ਉੱਥੇ ਮੈਂ ਸੌਣਾ ਉੱਥੇ ਸਾਰਾ ਕੁਛ ਹੈ ਨਾ ਮੇਰਾ ਜਿਵੇਂ ਆਪਾਂ ਕਹਿੰਦੇ ਮੱਕਾ ਮਦੀਨਾ ਆਪਦਾ ਜੀ ਅਤੇ ਜਦੋਂ ਮੈਂ ਕਿਤੇ ਬਹੁਤ ਗੁੱਸੇ 'ਚ ਹੁੰਦਾ ਸੀ ਮੈਂ ਘਰ ਆ ਕੇ ਉੱਚੀ ਉੱਚੀ ਗਾਉਣਾ ਅਲਾਪ ਲਾਉਣੇ ਤਾਨਾ ਲਾਉਣੇ ਉੱਚੀ ਉਹੋ ਜਿਹਾ ਰਾਗ ਚੁਣ ਕੇ ਕੋਈ ਦਰਦ ਵਾਲਾ ਜਾਂ ਜਦੋਂ ਕਿਤੇ ਖੁਸ਼ ਹੋਣਾ ਉਦੋਂ ਮੈਂ ਹਾਰਮੋਨੀਅਮ 'ਤੇ ਬਹਿ ਕੇ ਆਪਦੀ ਪਸੰਦੀਦਾ ਮਿੱਠੇ ਗਾਣੇ ਗਾਉਣੇ ਜਦੋਂ ਕਿਤੇ ਉਦਾਸ ਹੋਣਾ ਉਹੋ ਜਿਹਾ ਗਾਉਣਾ ਤਾਂ ਮੈਂ ਜ਼ਰੂਰ ਸੁਣਾਉਣਾ ਤਾਂ ਮੈਂ ਸ਼ਿਕਰਾ ਅਕਸਰ ਕਈ ਵਾਰੀ ਗਾਉਂਦਾ ਹੁੰਦਾ ਹੋਵੇ ਅਤੇ ਮੂਡ ਆਫ ਹੁੰਦਾ ਜਾਂ ਕਿਤੇ ਵੈਸੇ ਰੂਹ ਲੱਗੀ ਹੋਵੇ ਤਾਂ ਜ਼ਰੂਰ
ਅਤੇ ਮੈਂ ਆਪਦੀ ਪੜਾਸ ਹਮੇਸ਼ਾ ਹਾਰਮੋਨੀਅਮ ਦੇ ਨਾਲ ਹੀ ਕੱਢਦਾ ਸੀ ਅਤੇ ਉਹ ਜਦੋਂ ਮੈਂ ਥੱਕ ਜਾਂਦਾ ਸੀ ਫਿਰ ਮੈਨੂੰ ਸਕੂਨ ਦੀ ਨੀਂਦ ਆਉਂਦੀ ਸੀ ਤਾਂ ਜਦੋਂ ਉੱਠਦਾ ਸੀ ਬਿਲਕੁਲ ਫਰੈਸ਼ ਹੁੰਦਾ ਸੀ। ਸਿਰ ਤੇ ਕਲਗੀ ਤੇ ਪੈਰ ਜਾਂ ਉਹਦੇ ਸਿਰ ਤੇ ਕਲਗੀ ਤੇ ਪੈਰ ਜਾਂ ਪਰੀਆਂ ਦਾ ਇੱਕ ਉਡਾਰੀ ਇੱਕ ਉਡਾਰੀ ਉਹਨੇ ਅਸੀਂ ਮਾਰੀ ਤੇ ਮੁੜ ਮਤਨੀ ਉਸਤਾਦ ਜੀ ਸੁਣਨ ਤੋਂ ਬਾਅਦ ਕੁਛ ਪੁੱਛਣ ਜੋਗੇ ਰਹਿੰਦੇ ਤਾਂ ਨਹੀਂ, ਪਰ ਸਾਡੀ ਡਿਊਟੀ ਦਾ ਮਸਲਾ ਗੱਲਾਂ ਵੀ ਕਰਨੀਆਂ ਨੇ। ਜੀ ਤਾਂ ਕਰਦਾ ਵੀ ਇਹੀ ਚੱਲੀ ਜਾਵੇ ਅਤੇ ਅਸੀਂ ਚੁੱਪ ਚਾਪ ਬਸ ਬੈਠੇ ਰਹੀਏ, ਸੁਣੀ ਜਾਈਏ। ਕਦੇ ਇਸ ਤਰ੍ਹਾਂ ਵੀ ਹੋਇਆ ਜੀ ਜਿਵੇਂ ਸਟੇਜਾਂ 'ਤੇ ਅਸੀਂ ਦੇਖਦੇ ਹਾਂ, ਜਿਵੇਂ ਮਾਸਟਰ ਸਲੀਮ ਜੀ ਹੋ ਗਏ ਜਾਂ ਹੋਰ ਹੋ ਗਏ ਕਈ ਕਲਾਕਾਰ, ਹਾਂਜੀ, ਉਹਨਾਂ ਦੀ ਸੁਰਾਂ ਦੀ ਜੰਗ ਲੱਗ ਜਾਂਦੀ ਹੈ ਸਟੇਜ 'ਤੇ, ਹਾਂਜੀ। ਤੁਹਾਡੇ ਨਾਲ ਵੀ ਕਿਸੇ ਕਲਾਕਾਰ ਦਾ ਪਾਲਾ ਪਿਆ ਜੀ? ਮੈਂ ਨਹੁੰ ਤਾਂ ਨਹੀਂ ਲਊਂਗਾ ਜੀ, ਇੱਕ ਦੋ ਵਾਰੀ ਹੋਇਆ ਜ਼ਰੂਰ, ਪਰ ਉਹਨੂੰ ਮੈਂ ਜੰਗ ਨਹੀਂ ਕਹਿ ਸਕਦਾ। ਸੁਰਾਂ ਦਾ ਆਦਾਨ ਪ੍ਰਦਾਨ ਲਾ ਲਈਏ ਜਾਂ ਆਪਾਂ ਉਹਨੂੰ ਕਹਿੰਦੇ ਜੁਗਲਬੰਦੀ, ਜੀ ਇੱਕ ਦੋ ਵਾਰੀ ਹੋਇਆ ਜ਼ਰੂਰ ਹੈ, ਪਰ ਉਹਨੂੰ ਕਦੇ ਖੁੰਦਕ ਮੰਗੂ ਲੈ ਕੇ ਮੈਂ ਜ਼ਿੰਦਗੀ 'ਚ ਨਹੀਂ ਗਾਇਆ। ਸਾਹਮਣੇ ਵਾਲੇ ਤਾਂ ਮੈਨੂੰ ਪਛਾਣ ਵਾਲੇ ਤਾਂ ਮੈਨੂੰ ਜੰਗ ਸ਼ਬਦ ਮੇਰੇ ਜ਼ਿਹਨ ਦੇ ਵਿੱਚ ਇਸ ਕਰਕੇ ਆ ਗਿਆ, ਬਿਲਕੁਲ ਬਿਲਕੁਲ ਜੰਗ ਹੀ ਬਣਦੀ ਹੈ। ਕਈ ਵਾਰੀ ਮੈਂ ਦੇਖਿਆ ਵੀ ਲੱਗਦੀ ਹੋਈ ਜੰਗ ਹੁੰਦੀ ਹੈ, ਹਾਂ, ਕਲਾਕਾਰ ਇੰਨੇ ਹਰਖੇ ਹੁੰਦੇ ਨੇ। ਬਿਲਕੁਲ ਜੀ, ਅਸਲ 'ਚ ਤਾਂ ਸੰਗੀਤ ਗਾਇਕੀ ਦਾ ਮੁਕਾਬਲੇ ਵਾਸਤੇ ਤਾਂ ਸੰਗੀਤ ਨਹੀਂ ਬਣਿਆ, ਸੰਗੀਤ ਬਣਿਆ ਰੂਹ ਨੂੰ ਸਕੂਨ ਦੇਣ ਵਾਸਤੇ।
ਆਪ ਸਕੂਨ ਲੈਣ ਵਾਸਤੇ ਅਤੇ ਲੋਕਾਂ ਨੂੰ ਸਕੂਨ ਦੇਣ ਵਾਸਤੇ ਸਰੋਤਿਆਂ ਨੂੰ, ਹੈ ਨਾ। ਸੋ ਉੱਥੇ ਜੰਗ ਦਾ ਕੋਈ ਉਹਨੇ, ਹਾਂ ਮੈਂ ਵੀ ਦੇਖੀਏ, ਜੇ ਜੇ ਤੁਸੀਂ ਜੰਗ ਸ਼ਬਦ ਵਰਤਿਆ ਤਾਂ ਬਿਲਕੁਲ ਸਹੀ ਵਰਤਿਆ, ਉਹ ਇੰਟਰਵਿਊਜ਼ ਮੈਂ ਵੀ ਦੇਖੀਆਂ ਨੇ। ਇਹ ਕੋਈ ਮੁਕਾਬਲਾ ਨਹੀਂ ਹੁੰਦਾ ਵੀ ਉਹਨੇ ਜੇ ਸਾਹ ਲਾਤਾ ਤਾਂ ਮੇਰੇ ਲਾਊਂ, ਜੇ ਮੈਂ ਉਹਨੇ ਗਾਹ ਲਾਤਾ ਕਹਾਂ ਤਾਂ ਮੈਂ ਮਾਂ ਹੀ ਲਾਊਂਗਾ, ਹੈ ਨਾ ਜੀ। ਇਹ ਕੋਈ ਭਲਵਾਨੀ ਦਾ ਅਖਾੜਾ ਨਹੀਂ, ਇਹ ਤਾਂ ਮਸੀਕੀ ਹੈ, ਸੰਗੀਤ ਹੈ, ਅਤੇ ਇਹ ਤਾਂ ਰੂਹ ਦਾ ਸਕੂਨ ਹੈ। ਇਸ ਤੋਂ ਅਗਲੀ ਜਿਹੜੀ ਗੱਲ ਮੈਂ ਤੁਹਾਡੇ ਤੋਂ ਪੁੱਛਣ ਜਾ ਰਿਹਾ, ਹਾਂਜੀ, ਉਹ ਇਹ ਆ ਵੀ ਕਈ ਵਾਰੀ ਨਾ ਕੋਈ ਗੀਤ ਹੁੰਦਾ ਜੀ ਬੜਾ ਤੁਹਾਨੂੰ ਪਿਆਰਾ ਲੱਗਦਾ, ਉਹ ਇਹ ਹੁੰਦਾ ਪਰ ਹੁੰਦਾ ਰਿਕਾਰਡ ਹੋਇਆ ਹੋਇਆ, ਕਿਸੇ ਨੇ ਗਾਇਆ ਹੁੰਦਾ ਪਹਿਲਾਂ ਹੀ, ਹਾਂਜੀ, ਬੜਾ ਤੁਹਾਡੀ ਇੱਛਾ ਹੁੰਦੀ ਆ ਵੀ ਕਾਸ਼ ਇਹ ਗੀਤ ਮੇਰੇ ਹਿੱਸੇ ਆਇਆ ਹੁੰਦਾ, ਕੋਈ ਇਸ ਤਰ੍ਹਾਂ ਦਾ ਗੀਤ ਜਿਹੜਾ ਤੁਹਾਨੂੰ ਸਤਾਉਂਦਾ ਹੋਵੇ ਵੀ ਕਾਸ਼ ਇਹ ਉਸਤਾਦ ਜੀਆਂ ਦੇ ਹਿੱਸੇ ਹੋ ਜਾਗਰਨ ਟਾਲ ਜੀ। ਬਚਪਨ ਤੋਂ ਕਾਫੀ ਸਰਦੂਲ ਸਾਹਿਬ ਦਾ ਇੱਕ ਗਾਣਾ ਸੁਣਦਾ ਸੀ, ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ, ਵਾਹ ਜੀ, ਉਹ ਗਾਣੇ 'ਚ ਐਸਾ ਫੀਲ ਉਹਨਾਂ ਨੇ ਦਿੱਤਾ, ਐਸਾ ਰੰਗ ਦਿੱਤਾ, ਐਸਾ ਮਿਊਜ਼ਿਕ, ਜਨਾਬ ਚਰਨਜੀਤ ਹਊਜਾ ਸੰਗੀਤ ਸਮਰਾਟ ਉਸਤਾਦ ਜੀ ਉਹਨਾਂ ਨੇ ਐਸਾ ਰੰਗ ਦਿੱਤਾ ਮਿਊਜ਼ਿਕ ਦਾ, ਅਤੇ ਜਨਾਬ ਸਰਦੂਲ ਸਿਕੰਦਰ ਜੀ ਨੇ, ਉਸਤਾਦ ਜੀ ਨੇ, ਉਹਨਾਂ ਨੇ ਕਮਾਲ ਲਗਾਇਆ, ਹੈ ਨਾ, ਉਸਤਾਦ ਲੋਕ ਨੇ, ਅਤੇ ਐਸਾ ਸੁਮੇਲ ਸੀ ਉਹ ਗਾਣੇ ਦਾ ਜਦੋਂ ਮਿਊਜ਼ਿਕ ਚੱਲਦਾ ਸੀ ਅਤੇ ਸਰਦੂਲ ਸਿਕੰਦਰ ਜੀ ਗਾਉਂਦੇ ਸੀ। ਬਚਪਨ ਤੋਂ ਯਾਰ ਵੀ ਮੈਂ, ਅੱਛਾ ਉਦੋਂ ਛੋਟਾ ਸੀ ਵੀ ਯਾਰ ਮੈਂ ਵੀ ਕਦੇ ਇਹੋ ਜਿਹਾ ਗਾ ਸਕੂੰਗਾ ਯਾਰ, ਵੀ ਜੇ ਇਹੋ ਜਿਹਾ ਬੰਦਾ ਗਾਉਂਦਾ ਹੋਵੇ ਤਾਂ ਕਾਸ਼ ਇਹ ਗਾਣਾ ਕਦੇ ਮੈਂ ਗਾਉਂਦਾ, ਹੈ ਨਾ ਜੀ। ਵੀ ਬਚਪਨ ਤੋਂ ਸੋਚਦਾ ਸੀ ਉਹਦਾ, ਮੈਂ ਤੁਹਾਨੂੰ ਸੁਣਾਉਣਾ ਜੀ ਜ਼ਰੂਰ। ਰਾਂਝੇ ਨੇ ਤਾਂ ਹੀਰ ਦੇ ਪਿੱਛੇ, ਰਾਂਝੇ ਨੇ ਤਾਂ ਹੀਰ ਦੇ ਪਿੱਛੇ ਛੱਡਿਆ ਤਖਤ ਹਜ਼ਾਰਾਂੀ, ਪਰ ਸਾਨੂੰ ਤੇਰੇ ਪਿਆਰ ਚ ਅੜੀਏ ਭੁੱਲ ਗਿਆ ਜਗ ਸਾਰਾ ਨੀ, ਇੰਨਾ ਨਾ ਪਿਆਰ ਕਰੀ ਝੱਲਾ ਕਿਤੇ ਹੋ ਜਾਵਾਂ, ਰੱਬ ਨਾ ਕਰੇ ਨੀ ਮੈਂ ਕੱਲਾ ਕਿਤੇ ਹੋ ਜਾਵਾਂ, ਪਹਿਲੀ ਵਾਰੀ ਦੁਨੀਆ ਤੇ, ਪਹਿਲੀ ਵਾਰੀ ਦੁਨੀਆ ਤੇ ਹੋਊ ਡਕੇਰ ਨੀ, ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ, ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ। ਉਸਤਾਦ ਜੀ ਤੁਹਾਡੀ ਸਭ ਤੋਂ ਪਹਿਲੀ ਟੇਪ ਮੇਰੇ ਖਿਆਲ ਨਾਲ ਸਤਕਾਰ, ਹਾਂਜੀ, ਆਈ ਸੀ। ਹਾਂਜੀ, ਉਸ ਤੋਂ ਪਹਿਲਾਂ ਇੱਕ 2001 'ਚ ਮੇਰਾ ਗਾਣਾ ਟੀ ਸੀਰੀਜ਼ 'ਚ ਆਇਆ ਸੀ ਅੱਖ ਦੀ ਮਾਰ, ਅਤੇ ਉਹ ਕਲੈਕਸ਼ਨ ਸੀ ਟੇਪ ਪੂਰੀ, ਉਦੋਂ ਟੇਪਾਂ ਦਾ ਰਿਵਾਜ਼ ਹੁੰਦਾ ਸੀ, ਉਹ ਜਿਹੜਾ ਰੀਲਾਂ ਦਾ ਯੁੱਗ ਹੁੰਦਾ, ਰੀਲਾਂ ਦਾ ਯੁੱਗ, ਜੋ ਸਤਕਾਰ ਆਈ ਜੀ। ਸਤਕਾਰ ਟੇਪ ਮੈਂ ਸੁਣੀ ਆ ਜੀ, ਇੱਕ ਤੋਂ ਵੱਧ ਕੇ ਇੱਕ ਗੀਤ ਉਹਦੇ ਵਿੱਚ ਜਿਹੜਾ ਤੁਸੀਂ ਪੇਸ਼ ਕੀਤਾ, ਕਿਸੇ ਕਾਰਨ ਪ੍ਰਮੋਟ ਨਹੀਂ ਹੋ ਸਕੀ ਸੀ ਉਹ ਟੇਪ, ਕਿਸੇ ਕਾਰਨ ਤੁਹਾਡੀ ਪਸੰਦ ਸੀ, ਗੀਤਾਂ ਦੀ ਚੋਣ ਸੀ ਬੜੀ ਬਾਕਮਾਲ, ਸਤਕਾਰ ਦੇ ਵਿੱਚੋਂ, ਹਾਂਜੀ, ਸਤਕਾਰ, ਮੈਂ ਸਤਕਾਰ ਹੀ ਗੀਤ ਸੁਣਾ ਦੇਣਾ, ਉਹ ਮੇਰਾ ਖੁਦ ਦਾ ਬਹੁਤ ਪਸੰਦ ਹੈ, ਜੇ ਤੁਸੀਂ ਪੁੱਛੋਗੇ ਵੀ ਹੈ ਨਾ ਆਪਦਾ ਗੀਤ ਕਿਹੜਾ ਪਸੰਦ ਆ ਤੈਨੂੰ, ਅਤੇ ਜਿਹੜੇ ਹੁਣ ਤੱਕ ਆਏ ਨੇ ਤਾਂ ਸਤਕਾਰ ਮੈਂ ਪਹਿਲੇ, ਇਹ ਤੁਸੀਂ, ਮੈਂ ਸਵਾਲ ਕਰਨਾ ਸੀ, ਤੁਸੀਂ ਪਹਿਲਾਂ ਹੀ ਸਮਝਾ ਤਾ ਜੀ।
ਗਲ ਲੱਗ ਮਿਲੀ ਤੇ ਵਿਛੋੜਿਆਂ ਨੂੰ ਅੱਗ ਲਾਏ ਮਨਜ਼ੂਰ ਦਿਲਾਂ ਵਿੱਚ ਡਰ ਵਸਦੇ ਮਾਇਓ ਵੇ ਕਿਤੇ ਵਿਛੜੀ ਨਾ ਮਰਦਾ ਏ ਤੂੰ ਸਾਂਝ ਪੁਰਾਣੀ ਹੈ ਕੋਈ ਜਾਂ ਫਲ ਹੈ ਕੀਤੇ ਕਰਮਾਂ ਦਾ ਕਿਉਂ ਰੱਬ ਤੇਰੇ ਚੋਂ ਦਿਸਦਾ ਸਭ ਜਾਤਾਂ ਦਾ ਸਭ ਧਰਮਾਂ ਦਾ ਤੇਰੇ ਸਾਹਾਂ ਵਿੱਚ ਵਸ ਜਾਵੇ ਜੋ ਸਾਹਾਂ ਵਿੱਚ ਵਸ ਜਾਵੇ ਜੋ ਸਾਹਾਂ ਵਿੱਚ ਵਸ ਜਾਵੇ ਜੋ ਐਤਵਾਰ ਦੇਣ ਨੂੰ ਜੀ ਕਰਦੇ ਤੈਨੂੰ ਇੱਕੋ ਜਨਮ ਚ ਸੱਤ ਜਨਮਾਂ ਦਾ ਅੱਜ ਪਿਆਰ ਦੇਣ ਨੂੰ ਜੀ ਕਰਦੇ ਹੋਏ ਪਿਆਰ ਦੇਣ ਨੂੰ ਜੀ ਕਰਦੇ ਮੈਨੂੰ ਲੱਗਦਾ ਵੀ ਜੇ ਕਿਸੇ ਦਾ ਮਹਿਬੂਬ ਰੁੱਸਿਆ ਹੋਵੇ ਨਾ ਕਦੇ ਯੂਟਿਊਬ ਤੋਂ ਕੱਢ ਕੇ ਇਹ ਗਾਣਾ ਸੁਣ ਕੇ ਸਤਿਕਾਰ ਪਾਇਓ ਜਾਗਰਣ ਨਾਲ ਬਿਲਕੁਲ ਉਸ ਦਾ ਬਸ ਮੇਰਾ ਗਾਣਾ ਕਹਿੰਦੇ ਕੰਮ ਹੀ ਆਏ ਬਿਲਕੁਲ ਜੀ ਕੋਈ ਦਬਾਅ ਮਿਲ ਜੇ ਦਿਲੋਂ ਉਸਤਾਦ ਜੀ ਇੰਟਰਵਿਊਆਂ ਤੁਹਾਡੀਆਂ ਬਹੁਤ ਹੁੰਦੀਆਂ ਰਹਿੰਦੀਆਂ ਟੀਵੀ ਚੈਨਲਾਂ 'ਤੇ ਰੇਡੀਓ ਸਟੇਸ਼ਨਾਂ 'ਤੇ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਤੁਸੀਂ ਸੋਚਿਆ ਹੁੰਦਾ ਵੀ ਸ਼ਾਇਦ ਮੈਨੂੰ ਕੋਈ ਇਹ ਗੱਲ ਪੁੱਛੇ ਹਾਂਜੀ ਪਰ ਅਕਸਰ ਹੀ ਉਹ ਪੁੱਛੀ ਨਹੀਂ ਜਾਂਦੀ ਹਾਂਜੀ ਕੋਈ ਉਹ ਗੱਲ ਜਿਹੜੀ ਹਰ ਇੰਟਰਵਿਊ ਦੇ ਵਿੱਚ ਤੁਸੀਂ ਸੋਚਦੇ ਹੋਵੋ ਵੀ ਸ਼ਾਇਦ ਮੈਨੂੰ ਪੁੱਛੇ ਜਾਂ ਤੁਹਾਡੇ ਦਿਲ ਦੀ ਇੱਛਾ ਹੋਵੇ ਅਸੀਂ ਦੱਸੀਏ ਹਾਂਜੀ ਪਰ ਨਾ ਪੁੱਛੀ ਜਾਂਦੀ ਹੋਵੇ ਮੇਰੇ ਕੋਲੋਂ ਵੀ ਰਹਿ ਗਈ ਹੋਵੇ ਉਹ ਗੱਲ ਕਿਹੜੀ ਹੈ ਜੀ ਵੈਸੇ ਤਾਂ ਜਿਵੇਂ ਕੁਛ ਕੁ ਇੰਟਰਵਿਊਜ਼ ਦੇ ਵਿੱਚ ਜਿਵੇਂ ਤੁਹਾਡੇ ਵਰਗੇ ਸੁਹਿਰਦ ਵੀਰੇ ਬੈਠੇ ਹੋਣ ਉੱਥੇ ਕੁਛ ਨਹੀਂ ਮਤਲਬ ਗੁੰਜਾਇਸ਼ ਛੱਡਦੇ ਵੀ ਕੁਛ ਹੈ ਨਾ ਵੀ ਕੋਈ ਜੋ ਵੀ ਸਾਹਿਤਕ ਗੱਲ ਹੈ ਸੰਗੀਤਕ ਸਫ਼ਰ ਨਾਲ ਜਾਂ ਮੇਰੀ ਜ਼ਿੰਦਗੀ ਨਾਲ ਪਰਸਨਲੀ ਹੈ ਜੀ ਅਤੇ ਇੱਕ ਮੈਂ ਜ਼ਰੂਰ ਕਦੇ ਕਿਸੇ ਨੇ ਨਹੀਂ ਪੁੱਛੀ ਜੀ ਵੀ ਅਗਲਾ ਕਹਿੰਦੇ ਵੀ ਤੁਸੀਂ ਚੰਗੇ ਮੈਂ ਜਿਵੇਂ ਦੱਸਦਾ ਮੇਰੇ ਉਸਤਾਦ ਜੀ ਤੋਂ ਮੈਂ ਸਾਰਾ ਕੁਛ ਨਾ ਸਿੱਖਿਆ ਜੋ ਪ੍ਰੋਪਰ ਉਸਤਾਦੀ ਸ਼ਾਗਿਰਦੀ ਕੀਤੀ ਹੈ ਕੋਈ ਇਹ ਨਹੀਂ ਵੀ ਸਾਲ ਗਿਆ ਦੋ ਸਾਲ ਗਿਆ ਹੈ ਨਾ ਜੀ ਕਿਉਂਕਿ ਪੰਜ ਚਾਰ ਸਾਲਾਂ ਦੇ ਵਿੱਚ ਤਾਂ ਬੰਦਾ ਉਸਤਾਦ ਦੇ ਨੇੜੇ ਲੱਗਦਾ ਤਿੰਨ ਚਾਰ ਸਾਲ ਪੰਜ ਸਾਲ ਦਿਲ ਘਰ ਦਿਲ 'ਚ ਘਰ ਕਰਨ ਨੂੰ ਬਿਲਕੁਲ ਜੀ ਕਿਸੇ ਨੂੰ ਆਪਣਾ ਬਣਾਉਣਾ ਪਹਿਲਾਂ ਉਹਦੇ ਹੋਣਾ ਪੈਂਦਾ ਦਿਲੋਂ ਹੋਣਾ ਪੈਂਦਾ ਅਤੇ ਮਤਲਬ ਵੀ ਇਹੀ ਗੱਲ ਮੈਂ ਕਈ ਵਾਰੀ ਪੁੱਛਦਾ ਵੀ ਉਸਤਾਦੀ ਸ਼ਾਗਿਰਦੀ ਕਿਵੇਂ ਹੁੰਦੀ ਹੈ ਜੀ ਅਤੇ ਉਹ ਮੈਂ ਜ਼ਰੂਰ ਸਰੋਤਿਆਂ ਨਾਲ ਵੀ ਮਤਲਬ ਜਿਹੜੇ ਸਮਝ ਵਾਲੇ ਵੀਰੇ ਮਤਲਬ ਥੋੜ੍ਹੇ ਜਿਹੇ ਆਪਾਂ ਕਹਿ ਦਈਏ ਵੀ ਜਿਨ੍ਹਾਂ ਨੇ ਦੁਨੀਆਦਾਰੀ ਦੇਖੀ ਉਹ ਸਹਿਮਤ ਹੋਣਗੇ ਵੀ ਉਸਤਾਦੀ ਸ਼ਾਗਿਰਦੀ ਕਦੇ ਆਪਾਂ ਕਹਿ ਦਈਏ ਵੀ ਇਕੱਲੇ ਪੈਸੇ ਨਾਲ ਨਹੀਂ ਹੁੰਦੀ ਹਾਂ ਜ਼ਰੂਰ ਠੀਕ ਹੈ ਉਸਤਾਦ ਦਾ ਘਰ ਚੱਲਦਾ ਉਹਦੇ ਨਾਲ ਬਿਲਕੁਲ ਉਹਨਾਂ ਨੇ ਉਹਦਾ ਹੈ ਨਾ ਉਹਨਾਂ ਦਾ ਰੋਜ਼ੀ ਰੋਟੀ ਹੈ ਪਰ ਮੁੱਲ ਨਹੀਂ ਪਾਇਆ ਜਾ ਸਕਦਾ ਕੀਮਤ ਨਹੀਂ ਪਾਈ ਜਾ ਸਕਦੀ ਉਸਤਾਦੀ ਸ਼ਾਗਿਰਦੀ ਦਾ ਜਿਹੜਾ ਹੁੰਦਾ ਜੀ ਉਸਤਾਦ ਨੂੰ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਨੇ ਆਪਦੇ ਦਿਲ 'ਚ ਘਰ ਕਰਾਉਣਾ ਪੈਂਦਾ ਅਤੇ ਉਹਦੇ ਦਿਲ 'ਚ ਘਰ ਕਰਨਾ ਪੈਂਦਾ ਜੀ ਸੋ ਮੈਂ ਜਿਵੇਂ ਇੱਕ ਦੱਸਿਆ ਪਹਿਲਾਂ ਵੀ ਜੋ ਵੀ ਕੁਛ ਹੈ ਮੈਂ ਆਪਣੇ ਉਸਤਾਦ ਜੀ ਦੀ ਬਦੌਲਤ ਹਾਂ 'ਚ ਮੈਂ ਪੰਜ ਛੇ ਸਾਲ ਆਪਣੇ ਉਸਤਾਦ ਜੀ ਦੀ ਗੋਦੀ ਚੜ੍ਹ ਕੇ ਦੁਨੀਆ ਦੇਖੀ ਹੈ ਛੇਵੀਂ ਸੱਤਵੀਂ ਕਲਾਸ ਤੱਕ ਅਤੇ ਸਾਰਾ ਕੁਛ ਹੀ ਮੈਂ ਕਹਿੰਦਾ ਅੱਜ ਮੇਰੇ ਉਸਤਾਦ ਜੀ ਨੇ ਜੋ ਵੀ ਜਾਗਰਨ ਟਾਲ ਕੁਛ ਵੀ ਮਾੜਾ ਮੋਟਾ ਤਿਲ ਫੁਲ ਪਾਉਂਦਾ ਤਾਂ ਉਹਨਾਂ ਦੇ ਚਰਨਾਂ ਦੀ ਬਦੌਲਤ ਆ
ਬਿਲਕੁਲ ਜੀ, ਉਹ ਜਿਵੇਂ ਕਹਿੰਦੇ ਨੇ ਵੀ ਸੁਣ ਸੋਨੇ ਦੇ ਕੰਗਣਾ ਸੌਦਾ ਇੱਕੋ ਜਿਹਾ, ਦਿਲ ਦੇਣਾ ਤੇ ਸਿਰ ਮੰਗਣਾ ਸੌਦਾ ਇੱਕੋ ਜਿਹਾ। ਬਿਲਕੁਲ ਸੱਚੀ ਗੱਲ ਹੈ, ਜਿਹੜੀ ਤਾਰਾਂ ਜੁੜਨ ਦੀ ਗੱਲ ਆ। ਇੱਕ ਵਾਰ ਨਾ ਮੈਨੂੰ ਸੋਰੀ, ਮੈਂ ਮਹਾਤਮਾ ਬੁੱਧ ਜੀ ਦਾ ਇੱਕ ਕਥਨ ਯਾਦ ਆ ਗਿਆ। ਹਾਂਜੀ, ਉਹਨੇ ਨਾ ਕਿਸੇ ਚੇਲੇ ਨੂੰ ਕੋਈ ਚੋਰੀ ਦਾ ਇਲਜ਼ਾਮ ਲੱਗ ਗਿਆ ਜੀ ਕਿਸੇ ਚੇਲੀ ਤੇ, ਜਿਵੇਂ ਆਪਣੇ ਅਕੈਡਮੀ ਦੇ ਵਿੱਚ ਮੈਨੂੰ ਪਤਾ ਉੱਥੇ ਪੈਂਦੇ ਸੌਂਦੇ ਵੀ ਨੇ ਬੱਚੇ ਲੱਗਿਆ ਹੋਇਆ। ਤਾਂ ਉਹ ਚੇਲੇ ਨੂੰ ਉਹ ਕਹਿੰਦੇ ਵੀ ਜਾ ਚਲਾ ਜਾ। ਮਹਾਤਮਾ ਬੁੱਧ ਜੀ 10-15 ਦਿਨਾਂ ਬਾਅਦ ਬਾਹਰ ਆਏ ਮੱਠ ਦੇ ਵਿੱਚੋਂ, ਮੱਠਾਂ ਦੇ ਵਿੱਚ ਤੁਹਾਨੂੰ ਪਤਾ ਰਹਿੰਦੇ ਹੁੰਦੇ ਸੀ। ਬਾਹਰ ਆਏ ਤਾਂ ਦੇਖਿਆ ਉਹ ਚੇਲਾ ਜਿਹੜਾ ਉੱਥੇ ਖੜਾ ਸਥਿਰ, ਥੈਂ ਦਾ ਥੈਂ ਖੜਾ। ਤੇ ਉਹਨੂੰ ਕਹਿੰਦੇ ਵੀ ਤੈਨੂੰ ਕਿਹਾ ਸੀ ਵੀ ਜਾ ਚਲਾ ਜਾ, ਤੂੰ ਗਿਆ ਨੀ। ਕਹਿੰਦੇ ਜੀ ਤੁਸੀਂ ਇਹ ਤਾਂ ਦੱਸਿਆ ਹੀ ਨੀ ਵੀ ਜਾਣਾ ਕਿੱਥੇ। ਇਸ ਤਰ੍ਹਾਂ ਦੀ ਉਸਤਾਦੀ ਸ਼ਾਗਿਰਦੀ ਜੀ ਤੋਂ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਉਹ ਮੁਨਕਰ ਹੋ ਰਹੀ ਹੈ। ਹਾਂ ਜੀ, ਹਾਂ ਜੀ, ਬਿਲਕੁਲ। ਅੱਜ ਕੱਲ ਲੱਗਦਾ ਵੀ ਪੈਸਾ, ਪੈਸੇ ਨਾਲ ਅਸੀਂ ਕਲਾਕਾਰ ਬਣ ਜਾਂਗੇ ਜੀ, ਪੈਸੇ ਦਾ ਹਿੱਟ ਹੋ ਜਾਂ ਕੁਛ ਟਾਈਮ ਲਈ ਲਾਈਨ ਲਾਈਟ 'ਚ ਜ਼ਰੂਰ ਆ ਜਾਂਦੇ ਨੇ। ਮੇਰੇ ਭਰਾ ਨੇ ਉਹ ਵੀ ਕੁਛ ਵੱਡੇ ਨੇ ਕੁਛ ਛੋਟੇ ਨੇ, ਹੈ ਨਾ। ਅਤੇ ਪਰ ਨਵੇਂ ਜਿਹੜੇ ਸੰਗੀਤ ਦੇ ਸਿਖਿਆਰਥੀ ਨੇ ਉਹਨਾਂ ਨੂੰ ਤਾਂ ਮੇਰੇ ਵੱਲੋਂ ਤਾਂ ਆਹੀ ਕਹਿਣਾ ਚਾਹੂੰਗਾ ਵੀਰੇ, ਜਿੰਨੀ ਕੁ ਮੇਰੀ ਅਕਲ ਆ ਸੰਗੀਤ ਦੇ ਵਿੱਚ ਜਾਂ ਲਾਈਫ 'ਚ, ਵੈਸੇ ਵੀ ਕੋਈ ਦੇਖੋ ਕਦੇ ਕੋਈ ਸ਼ਾਰਟਕੱਟ ਨਹੀਂ ਹੁੰਦਾ। ਰਿਆਜ਼ ਤੋਂ ਵੱਡਾ ਗੁਰ ਕੋਈ ਨਹੀਂ ਹੈਗਾ ਜੀ। ਉਸਤਾਦ ਜੀ, ਹੁਣ ਮੇਰੀ ਇੱਕ ਬੇਨਤੀ ਆ ਤੁਹਾਨੂੰ ਜੀ, ਫੋਕ ਰੰਗ ਵੀ ਜ਼ਰੂਰ ਸਾਨੂੰ ਸੁਣਾਓ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ। ਜਿਹੜੀਆਂ ਸੂਰਤਾਂ ਚੜਨ ਚਬਾਰਿਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ, ਜਿਨ੍ਹਾਂ ਜ਼ੁਲਫਾਂ ਇੱਧਰ ਤੇ ਤੇਲ ਲੱਗੇ ਵਾਂਗ ਕਾਸ ਦੇ ਚੜ ਸੜਦੀਆਂ ਵੇਖੀਆਂ। ਛੱਜੂ ਰਾਮਾ ਜੋ ਸੂਰਤਾਂ ਲੰਘ ਜਹਾਨ ਗਈਆਂ, ਉਹ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ। ਉਹ ਬੋਲ ਮਿੱਟੀ ਦੇ ਆ ਮਾਵਿਆ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਮੇਰਾ ਸੋਹਣਾ ਮਾਹੀ, ਆ ਜਾ ਹੋ ਜਾਂਦੇ ਜਾਂਦੇ। ਵੈਸੇ ਤਾਂ ਜੇ ਕੋਈ ਚਾਹੇ ਜਿੰਨੀਆਂ ਗੱਲਾਂ ਬਾਤਾਂ ਤੁਸੀਂ ਦੱਸੀਆਂ ਅਸੀਂ ਕੀਤੀਆਂ, ਇਹਦੇ ਵਿੱਚੋਂ ਬੜਾ ਕੁਝ ਸਿੱਖ ਸਕਦਾ ਹਾਂਜੀ ਕੋਈ ਵੀ ਆਦਮੀ। ਪਰ ਤੁਸੀਂ ਕੋਈ ਵੀ ਗੱਲ ਅੱਜ ਦੇ ਕਲਾਕਾਰਾਂ ਨੂੰ ਜਾਂ ਗੀਤਕਾਰਾਂ ਨੂੰ ਕਿਸੇ ਨੂੰ ਵੀ ਸੰਦੇਸ਼ ਦੇ ਕੇ ਜਾਣਾ ਚਾਹੁੰਦੇ ਹੋਵੋ, ਕੋਈ ਗੱਲ ਕਹਿਣੀ ਚਾਹੁੰਦੇ ਹੋਵੋ ਸਾਡੇ ਜੀ ਟੀ ਰੋਡ ਐਫ ਐਮ ਦੇ ਮਾਧਿਅਮ ਰਾਹੀਂ। ਪਹਿਲਾਂ ਤਾਂ ਮੈਂ ਇੱਕ ਵਾਰੀ ਫਿਰ ਧੰਨਵਾਦ ਹਾਂ ਜੀ ਟੀ ਰੋਡ ਐਫ ਐਮ ਦਾ ਅਤੇ ਤੁਹਾਡੇ ਪ੍ਰੋਗਰਾਮ ਦਾ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਜੀ। ਮੇਰੇ ਵਰਗੇ ਨਿਮਾਣੇ ਬੰਦੇ ਨੂੰ ਇੰਨਾ ਮਾਣ ਬਖਸ਼ਿਆ ਅਤੇ ਰੂਬਰੂ ਕਰਵਾਇਆ, ਦੇਸ਼ ਵਿਦੇਸ਼ ਦੇ ਵਿੱਚ ਰੂਬਰੂ ਕਰਵਾਇਆ। ਮਤਲਬ ਇੰਨੇ ਜਿੱਥੇ ਤੱਕ ਇੱਕ ਆਮ ਬੰਦੇ ਦੀ ਪਹੁੰਚ ਨਹੀਂ ਹੁੰਦੀ ਤੁਹਾਡੇ ਪਲੇਟਫਾਰਮ ਦੇ ਥਰੂ, ਹੈ ਨਾ,
ਉੱਥੇ ਤੱਕ ਮੇਰੀ ਆਵਾਜ਼ ਮੈਂ ਪਹੁੰਚ ਸਕੂੰਗਾ ਆਪਣੇ ਚਾਹੁਣ ਵਾਲੇ ਸਰੋਤਿਆਂ ਕੋਲ, ਭੈਣਾਂ ਭਰਾਵਾਂ ਦੋਸਤਾਂ ਕੋਲ। ਅਤੇ ਬਸ ਇੱਕ ਤਾਂ ਇਹੀ ਹੈ ਵੀ ਸ਼ੋਰਟਕੱਟ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਸ਼ੋਰਟਕੱਟ ਕੋਈ ਨਹੀਂ ਇਸ ਲਾਈਨ ਦੇ ਵਿੱਚ, ਹੈ ਨਾ। ਮਿਹਨਤ ਹੈ, ਮਿਹਨਤ ਨਾਲ ਉੱਤੇ ਕੁਛ ਨਹੀਂ। ਦੂਜੀ ਗੱਲ ਵੀ ਸੰਗੀਤ ਵਾਲਾ ਬੰਦਾ ਜਾਂ ਕਲਾ ਦੇ ਖੇਤਰ ਨਾਲ ਜੁੜਿਆ ਬੰਦਾ, ਕਦੇ ਵੀ ਉਹਦੇ ਮਨ 'ਚ ਖੁੰਦਕ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਤੀ। ਆਪਾਂ ਸ਼ਾਇਦ ਪਹਿਲਾਂ ਵੀ ਗੱਲ ਕਰਦੇ, ਕੁਦਰਤੀ ਨੋਰਮਲ ਗੱਲ ਚੱਲਦੀ ਸੀ, ਖੁੰਦਕ ਨਹੀਂ ਕਿਸੇ ਪ੍ਰਤੀ। ਜਿੱਥੇ ਪਿਆਰ ਹੈ, ਸੰਗੀਤ ਹੈ, ਉੱਥੇ ਪਰਮਾਤਮਾ ਆਪ ਆ ਕੇ ਨਾਲ ਖੜਦਾ। ਸੋ ਇੰਨੀ ਕੁ ਮੇਰੀ ਅਰਜ਼ ਕਬੂਲ ਕਰਿਓ। ਸਤਿ ਸ਼੍ਰੀ ਅਕਾਲ ਪਰਮਵੀਰ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਦੋਸਤੋ, ਇਹ ਸਨ ਉਸਤਾਦ ਉਜਾਗਰ ਅੰਟਾਲ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਫਨਕਾਰ ਦੇ ਨਾਲ, ਕਿਸੇ ਹੋਰ ਅਦਬੀ ਰੂਹ ਦੇ ਨਾਲ ਮਿਲਾਂਗੇ। ਪ੍ਰੋਗਰਾਮ ਸਰੋਤਿਆਂ ਦੀ ਕਚਹਿਰੀ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ ਮੈਨੂੰ, ਜਾਣੀ ਕਿ ਤੁਹਾਡੇ ਆਪਣੇ ਪਰਮ ਪਰਵਿੰਦਰ ਨੂੰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।